ਅੱਛਾ ਆਵਾਜ਼ ਉਹਦੀ ਸੀ ਗੋਲਡੀ ਬਰਾਦਰ ਦੀ ਉਹਨੇ ਕੀ ਕਿਹਾ ਗਿਆ ਪਰ ਇਸ ਦੀ ਪੁਸ਼ਟੀ ਤਾਂ ਨਹੀਂ ਕਰ ਸਕਦੇ ਪਰ ਉਸ ਵੱਲੋਂ ਕਿਹਾ ਕੀ ਗਿਆ ਸੀ ਦੇਖੋ ਗੱਲ ਇਹ ਆ ਵੀ ਅੱਜ ਤੱਕ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਇਹ ਫੋਨ ਆਂਦੇ ਨੇ ਪਤਾ ਹੁੰਦਾ ਏਜੰਸੀਜ਼ ਨੂੰ ਸਰਕਾਰਾਂ ਨੂੰ ਪਤਾ ਹੁੰਦਾ ਹੈ ਔਰ ਫੋਨਾਂ ਦੇ ਕਦੀ ਮੈਂ ਧਿਆਨ ਨਹੀਂ ਦਿੱਤਾ ਜੇ ਅਸੀਂ ਇਹਨਾਂ ਧਿਆਨ ਦੇਣ ਵਾਲ ਸ਼ੁਰੂ ਕਰਤੇ ਹੁਣ ਮੈਨੂੰ ਆਹ ਫੋਨ ਆਇਆ ਅਸੀਂ ਤਾਂ ਪਾਗਲ ਹੋ ਜਾਾਂਗੇ ਸਾਡੇ ਤੇ ਇਹਨਾਂ ਚੀਜ਼ਾਂ ਦਾ ਜਦੋਂ ਅਸਰ ਹੀ ਨਹੀਂ ਸਾਨੂੰ ਆਇਆ ਫੋਨ ਅਸੀਂ ਪੁਲਿਸ ਨੂੰ ਦੱਸਤਾ ਵੀ ਆਹ ਫੋਨ ਆਇਆ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਰੌਲਾ ਪਾਣਾ ਮੇਰਾ ਖਾਮਣੀ ਇਹ ਹੁਣ ਤੁਸੀਂ ਮੈਨੂੰ ਸਵਾਲ ਪੁੱਛਿਆ ਤੇ ਮੈਂ ਦੱਸਿਆ ਨਾ ਪੁੱਛਦੇ ਤੇ ਮੈਂ ਜ਼ਿਕਰੀ ਨਾ ਕਰਾਂ ਅੱਛਾ ਗੋਲਡ ਬਰਾਲ ਜਿੱਦੀ ਕਿ ਲਗਾਤਾਰ ਪੰਜਾਬ ਪੁਲਿਸ ਨੂੰ ਮੀਤ ਤਲਾਸ਼ ਹੈ ਵਿਦੇਸ਼ੀ ਧਰਤੀ ਤੇ ਬੈਠਾ ਹੋਇਆ ਉਹ ਮੋਸਲੇ ਕਤਲकांड ਦਾ ਮਾਸਟਰਮਾਈਂਡ ਸਾਬਤ ਹੋ ਚੁੱਕਾ ਹੈ ਜਦੋਂ ਅਜਿਹੇ ਲੋਕ ਧਮਕੀਆਂ ਦਿੰਦੇ ਫੋਨ ਕਰਦੇ ਜਾਂ ਕਿਸੇ ਹੋਰ ਵੱਲ ਧਮਕੀ ਦਿੱਤੀ ਜਾਂਦੀ ਹੈ ਕਿਸੇ ਤਰ੍ਹਾਂ ਦਾ ਕੋਈ ਖੌਫ ਕੋਈ ਡਰ ਕੋਈ ਇਸ ਤਰ੍ਹਾਂ ਦਾ ਕੋਈ ਖਿਆਲ ਮੰਦ ਵਿੱਚ ਆਉਂਦਾ ਹੈ ਜਾਂ ਤੁਹਾਡੇ ਪਰਿਵਾਰ ਦੇ ਮਨ ਵਿੱਚ ਖਿਆਲ ਆਉਂਦਾ ਹੈ ਤੁਹਾਡੇ ਉਹ ਮੇਰੀ ਗੱ ਸਾਡੀ ਜ਼ਿੰਦਗੀ ਦੇਸ਼ ਦੇ ਲਈ ਬੋਨਸ ਹੈ ਅਸੀਂ ਤਾਂ ਮਰ ਚੁੱਕੇ ਮੇਰੇ ਨਾਲ 70 ਲੋਕ ਸ਼ਹੀਦ ਹੋ ਚੁੱਕੇ 40 ਕਿਲੋ ਆਡੀਐਕ 45 ਕਿਲੋ ਆਡੀਐਕ 100 ਕਿਲੋ ਆਡੀਐਕ ਲਾਸ਼ਾਂ ਬਿਝੀਆਂ ਹੋਈਆਂ ਦੇਖਿਆ ਭੈਣਾ ਦੇ ਸੁਹਾਗ ਗੁੱਜੜ ਦੇ ਦੇਖੇ ਬੱਚਿਆਂ ਦੀਆਂ ਤਾਰਾਂ ਦੇ ਉੱਤੇ ਉਹਨਾਂ ਦੇ ਸਰੀਰਾਂ ਨੂੰ ਟੁਕੜੇ ਟੁਕੜੇ ਦੇਖੇ ਜਵਾਨਾਂ ਦੇ ਸਰੀਰ ਰੁੱਢ ਦੇ ਦੇਖੇ ਮੈਂ ਆਪਣੀ ਲੱਤ ਉਤਰਦੀ ਹੋਈ ਦੇਖੀ ਮੈਂ ਤੈਨੂੰ ਦੱਸਣਾ ਮੇਰੇ ਤੇ ਐਸਾ ਕੋਈ ਹੈ ਹੀ ਨਹੀਂ ਪਰ ਹਾਂ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਾਂਗਾ ਮੇਰੀ ਮੌਤ ਪੰਜਾਬ ਦੀ ਅਮਨ ਸ਼ਾਂਤੀ ਲਈ ਇੱਕ ਚੰਗਾ ਕਰਮ ਚੰਗਾ ਕੰਮ ਕਰੇਗੀ ਅਗਰ ਮੇਰੀ ਮੌਤ ਹੋndi ਹੈ ਮੈਂ ਤਾਂ ਕਹਿੰਦਾ ਆਜੋ ਗੋਲਡੀ ਬਰਾੜ ਜਿਹੜੇ ਵੀ ਹੋਰ ਧਮਕੀਆਂ ਦੇਣ ਵਾਲੇ ਹੋ ਵਿਦੇਸ਼ਾਂ ਤੋਂ ਆਜੋ ਮੇਰਾ ਜੀਵਨ ਇਹ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਆਏਗਾ ਮੂਸੇ ਵਾਲੇ ਨੂੰ ਇਹਨੂੰ ਮਾਰਿਆ ਨਾ ਮੂਸੇ ਵਾਲੇ ਤੋਂ ਬਾਅਦ ਬਿਸ਼ਨੋਈ ਹੋਰ ਜਿਹੜੇ ਗੈਂਗਸਟਰ ਉਹਨਾਂ ਦੇ ਉੱਤੇ ਇੱਕ ਮੁਹਿੰਮ ਚੱਲੀ ਉਹਨਾਂ ਦੇ ਉੱਤੇ ਇੱਕ ਲਹਿਰ ਚੱਲੀ ਤੇ ਉਤੋਂ ਮੂਠੇ ਵਾਲੇ ਤੋਂ ਬਾਅਦ ਅਗਰ ਮੇਰੀ ਮੌਤ ਹੁੰਦੀ ਹੈ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਮੈਂ ਤਾਂ ਦੁਨੀਆ ਤੋਂ ਚਲ ਜੂੰ ਪੰਜਾਬ ਦੀ ਅਮਨ ਸ਼ਾਂਤੀ ਲਈ ਦੇਸ਼ ਦੀ ਖਾਤਰ ਪਰ ਇਹ ਸਾਰੇ ਵਿਦੇਸ਼ਾਂ ਤੋਂ ਇੱਥੇ ਆਉਣਗੇ ਮੈਂ ਤਾਂ ਕਹਿੰਦਾ ਮਾਰੋ ਔਰ ਤੁਹਾਡੀ ਇੰਤਜ਼ਾਰ ਆ ਮੈਨੂੰ ਮਾਰਨਾ ਅਗਰ ਤੁਹਾਨੂੰ ਵਿਦੇਸ਼ਾਂ ਤੋਂ ਸਰਕਾਰਾਂ ਲਿਆਉਂਦੀਆਂ ਪੂਰੀ ਦੁਨੀਆ ਜੋ ਪੂਰੇ ਹਿੰਦੁਸਤਾਨ 'ਚ ਲੋਕਾਂ ਦੀ ਸੋਸ਼ਲ ਮੀਡੀਆ ਕੋਟਾ 'ਚ ਜਾ ਕੇ ਆਵਾਜ਼ ਉੱਠਦੀ ਹੈ ਉਥੋਂ ਦੀਆਂ ਸਰਕਾਰਾਂ ਨਾਲ ਗੱਲ ਕਰਕੇ ਸਰਕਾਰ ਆ ਸਾਡੀ ਸੈਂਟਰ ਦੀ ਸਰਕਾਰ ਮਜ਼ਬੂਤ ਹੈ ਆਹ ਸੈਂਟਰ ਦੀ ਸਰਕਾਰ ਇੰਨੀ ਮਜ਼ਬੂਤ ਹੈ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਜੰਗ ਦੇ ਵਿੱਚ ਆਪਣਾ ਰੋਲ ਅਦਾ ਕਰਦੀ ਹੈ ਦੁਨੀਆ 'ਚ ਨਾ ਇਹ ਸਾਰੇ ਵਾਪਸ ਹੋਣਗੇ ਕੋ ਖਾਲਸਾ ਦੇ ਨਾਰੇ ਲਾਉਂਦਾ ਕੋ ਤਰੰਗੇ ਢੰਡੇ ਦਾ ਅਪਮਾਨ ਕਰਦਾ ਕੋ ਭਾਰਤ ਮਾਤਾ ਨੂੰ ਬੁਰੇ ਸ਼ਬਦ ਕਰਦਾ ਕੋ ਭਗਤ ਸਿੰਘ ਨੂੰ ਅਪਮਾਨਿਤ ਕਰਦਾ ਤੇ ਇੱਕ ਨਹੀਂ ਦਿਨ ਤੱਕ ਅਸੀਂ ਬਰਦਾਸ਼ਤ ਕਰਾਂਗੇ ਠੀਕ ਹੈ ਬੇਟਾ ਜੀ ਅੱਗੇ ਵਧਦੇ ਹਾਂ ਅਮਰਪਾਲ ਦੀ ਗੱਲ ਕਰਾਂਗੇ ਅਮਰਪਾਲ ਨੂੰ ਲੈ ਕੇ ਤੁਹਾਡੇ ਵੱਲੋਂ ਪਹਿਲਾਂ ਵੀ ਖੁੱਲ ਕੇ ਬਿਆਨ ਦਿੱਤੇ ਗਏ ਇਸ ਦੇ ਵਿਚਾਲੇ ਆਪਰੇਸ਼ਨ ਅਮਰਪਾਲ ਦੀ ਸ਼ੁਰੂਆਤ ਹੁੰਦੀ ਹੈ 18 ਮਾਰਚ ਨੂੰ 18 ਮਾਰਚ ਨੂੰ ਉਸਦੇ ਬਹੁਤ ਸਾਥੀ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਅਮਰਪਾਲ ਅਜੇ ਵੀ ਫਰਾਰ ਹੈ ਅਜੇ ਵੀ ਥੋ ਪਤਾ ਨਹੀਂ ਲੱਗਾ ਹਾਲਾਂਕਿ ਉਸ ਦੀ ਹੁਣ ਤੱਕ ਦੋ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਇਹ ਪੂਰੇ ਆਪਰੇਸ਼ਨ ਅਮਰਤਪਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਰ ਇਹ ਇਹ ਤਾਂ ਅਜੇ ਵੀ ਸਵਾਲ ਬਰਕਰਾਰ ਰਹੇ ਨੇ ਕਿ ਆਖਰਕਾਰ ਇੰਨੇ ਵੱਡੇ ਪੱਧਰ ਤੇ ਜਿਹੜਾ ਆਪਰੇਸ਼ਨ ਚਲਾਇਆ ਗਿਆ ਪਰ ਜਿਸ ਨੂੰ ਲੈ ਕੇ ਪੂਰਾ ਆਪਰੇਸ਼ਨ ਸੀਗਾ ਉਹ ਤਾਂ ਅਜੇ ਵੀ ਸ਼ਕੰਜੇ ਵਿੱਚ ਨਹੀਂ ਆਇਆ ਦੇਖੋ ਮੈਂ ਇੱਕ ਗੱਲ ਆਪਾਂ ਇਹ ਸਾਫ਼ ਕਹਿ ਦਈਏ ਸਾਡੇ ਸਿਰ ਤੇ ਜਿਹੜੀ ਦਸਤਾਰ ਹੈ ਨਾ ਗੁਰੂ ਮਹਾਰਾਜ ਨੇ ਹੂੰ ਪਾਪੀ ਅਸੀਂ ਪਾਪੀ ਲੋਕ ਆ ਉਹਨਾਂ ਨੇ ਕੁਰਬਾਨੀਆਂ ਸ਼ਹਾਹਤਾਂ ਤਪਣਾ ਸਾਡੇ ਤੇ ਦਸਤਾਰਾਂ ਸਜਾਤੀਆਂ ਬਿਲਕੁਲ ਸਾਡੀਆਂ ਦਸਤਾਰਾਂ ਦੇ ਅੱਗੇ ਹਰ politcal party ਹਰ ਧਰਮ ਹਰ ਮذਬ ਕਿਸੇ ਵੀ ਕੌਮ மத ਦਾ ਹੋਵੇ ਸਿਰ ਝਕਾਉਂਦਾ 26 11 26 ਨੂੰ ਤੁਹਾਨੂੰ ਪਤਾ ਉੱਥੇ ਜਨੂੰ 26 ਜਨਵਰੀ ਨੂੰ ਤਿਰੰਗੇ ਝੰਡੇ ਦਾ અપਮਾਨ ਹੋਇਆ ਨਰਿੰਦਰ ਮੋਦੀ ਚੁਪਰੇ ਆ ਡਰਿਆ ਨਹੀਂ ਸਿਰਫ ਪਗੜੀ ਨੂੰ ਲੈ ਕੇ ਹੂੰ ਠੀਕ ਹੈ ਨਾ ਇਹ ਜਿਹੜਾ ਅਮਰਿਤਪਾਲ ਨੇ ਚੋਲਾ ਪਾ ਕੇ ਚੋਲੇ ਨੂੰ ਅਪਮਾਨਿਤ ਕੀਤਾ ਪਵਿੱਤਰ ਨੂੰ ਅਮਰਿਤ ਛਕ ਲਿਆ ਤਿੰਨ ਮਹੀਨੇ ਪਹਿਲਾਂ ਦੀਆਂ ਉਹਨਾਂ ਦੀਆਂ ਤਸਵੀਰਾਂ ਸਿਰ ਤੇ ਬਾੜ ਹੀ ਨਹੀਂ ਸਨ ਕੁੰਡਰਵਾਲੇ ਵਾਲ ਸਨ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਿਵੇਂ ਮੰਨ ਲਿਆ ਸਵਾਲ ਤਾਂ ਪੰਜਾਬ ਦੇ ਲੋਕਾਂ ਦੀ ਉਹਨਾਂ ਚੰਦ ਲੋਕਾਂ ਦੀ ਗਲਤੀ ਜਿਹੜੇ ਭਾਵਕ ਹੋ ਕੇ ਪਿੱਛੇ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਲਿਆ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਅਪਮਾਨਿਤ ਕੀਤਾ ਗਿਆ ਜਿੱਥੇ ਅਫੀਮ ਸੀ ਜਿੱਥੇ ਸ਼ਰਾਬ ਸੀ ਜਿੱਥੇ ਨਾਰਕੋ টেরਰਿਜ਼ਮ ਸੀ ਜੀ ਅਪਮਾਨਿਤ ਕੀਤਾ ਗਿਆ ਆਪਣੇ ਦੋਸਤ ਨੂੰ ਤਾਂ ਛਡਵਾ ਲਿਆ ਹਮ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਢਾਲ ਬਣਾ ਕੇ ਔਰ ਉਸ ਤੋਂ ਬਾਅਦ ਜਦੋਂ ਇਹਨੂੰ ਫੜਨਾ ਪਿਆ ਤੇ ਮੈਦਾਨ ਛੱਡ ਕੇ ਭੱਜ ਗਿਆ ਮੈਂ ਮੰਨਦਾ ਇਸ ਗੱਲ ਨੂੰ ਕਿ ਹਜੇ ਤੱਕ ਉਹ ਫੜਿਆ ਨਹੀਂ ਜਾ ਰਿਹਾ ਵਾਰ ਫੜਿਆ ਜਾਏਗਾ ਚੰਗੀ ਤਸੱਦੀ ਦੇ ਨਾਲੇ ਫੜਿਆ ਜਾਏਗਾ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਸੈਂਟਰ ਪੁਲਿਸ ਸਟੇਟ ਪੁਲਿਸ ਡਟ ਕੇ ਰੇ ਪਿੱਛੇ ਲੱਗੀ ਆ ਹੁਣ ਮੈਂ ਫਟਾਫਟ ਕਹਿੰਦਾ ਜੀ ਪੁਲਿਸ ਕੰਮ ਨਹੀਂ ਕਰ ਰਹੀ ਪੁਲਿਸ ਆਪਣਾ ਰੋਲ ਅਦਾ ਕਰ ਰਹੀ ਪੁਲਿਸ ਤੁਹਾਨੂੰ ਲੱਗਦਾ ਕੀ ਫਿਰ ਕਮੀ ਕਿੱਥੇ ਫਿਰ ਰਹਿ ਗਿਆ ਇੰਨੇ ਵੱਡੇ ਪੱਧਰ ਤੇ ਚਲੋ ਸੈਂਟਰ ਦੀ ਮਦਦ ਲਈ ਜਾਂਦੀ ਹੈ ਮਿਲ ਕੇ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ ਪੈਰਾ ਮਿਲਟਰੀ ਫੋਰਸ ਸੈਂਟਰ ਦੇ ਵੱਲੋਂ ਭੇਜੀ ਜਾਂਦੀ ਹੈ ਅੱਠ ਜ਼ਿਲ੍ਹਿਆਂ ਦੀ ਪੁਲਿਸ ਉਸ ਦੇ ਮਗਰ ਲਗਾਈ ਜਾਂਦੀ ਹੈ ਜੇਕਰ ਹੋਰ ਸਾਥੀ ਹੁਣ ਤੱਕ ਵੱਡੇ ਗਿਣਤੇ ਵਿੱਚ ਉਸ ਦੇ ਗ੍ਰਿਫਤਾਰ ਫਿਰ ਅਮਰਤਪਾਲ ਨੂੰ ਲੈ ਕੇ ਸਵਾਲ ਬਣਦਾ ਨੇ ਕਿ ਉਸ ਦੇ ਵੱਲੋਂ ਦੋ ਵੀਡੀਓ ਸਾਹਮਣੇ ਆ ਚੁੱਕੇ ਨੇ ਵੀਡੀਓ ਵੀ ਜਾਰੀ ਹੈ ਉਸ ਦਾ ਵੀ ਬਾਅਦ ਚ ਜ਼ਿਕਰ ਕਰਾਂਗੇ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਇੰਨੇ ਵੱਡੇ ਪੱਧਰ ਤੇ ਜਿਹੜਾ ਆਪਰੇਸ਼ਨ ਉਹ ਤਾਂ ਆਖਰਕਾਰ ਅਮਰਤਪਾਲ ਨੂੰ ਫੜਨ ਵਾਸਤੇ ਸੀ ਉਸ ਤੋਂ ਹੀ ਕਾਬੂ ਕਰਨ ਵਾਸਤੇ ਦੇਖੋ ਜੀ ਇੱਕ ਗੱਲ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਕੋਈ ਸਹਿਯੋਗ ਹੈ ਕਿਥੇ ਦਾ ਕੋਈ ਪੋਲਿਟੀਕਲ ਪਾਰਟੀ ਦਾ ਸਹਿਯੋਗ ਨਹੀਂ ਚੰਦ ਧਰਮ ਦੇ ਜਿਹੜੇ ਵਧੀਆ ਪ੍ਰਚਾਰਕ ਢੱਡਰੀਆਂ ਵਾਲਾ ਸਾਭ ਜਾਂ ਹੋਰ ਜਿਹੜੇ ਇਹਦੇ ਤੇ ਬੋਲ ਰਹੇ ਨੇ ਖੁੱਲ੍ਹ ਕਰਕੇ ਜੀ ਪੁਲਿਸ ਤਾਂ ਆਪਣਾ ਰੋਲ ਅਦਾ ਕਰ ਰਹੀ ਜਾਤੇ ਪੁਲਿਸ ਰੋਲ ਨਹੀਂ ਅਦਾ ਕਰ ਰਹੀ ਤੇ ਤੁਸੀਂ ਦੱਸੋ ਹੁਣ ਤੁਸੀਂ ਦੱਸੋ ਇੱਕ ਅਮਰਪਾਲ ਦੇ ਕਾਰਨ ਇੰਨੀ دہشت ਦੁਨੀਆ ਦੇ ਵਿੱਚ ਫੈਲ ਜਾਏ ਅਮਰਪਾਲ ਕਿੰਨਾ ਕੁ ਪੁਰਾਣਾ ਧਰਮ ਪ੍ਰਚਾਰਕ ਸੀ ਮੈਂ ਪੁੱਛਣਾ ਚਾਹੁੰਦਾ ਕਿੱਥੇ ਟਡਰੀਆਂ ਵਾਲੇ ਸਾਹਿਬ ਕਿੱਥੇ ਆਕਾਲ ਤਖਤ ਦੇ ਜਥੇਦਾਰ ਸਾਹਿਬ ਕਿੱਥੇ ਸਰਬਤ ਖਾਲਸਾ ਦੀਆਂ ਗੱਲਾਂ ਕਿੱਥੇ ਤਿਰੰਗੇ ਝੰਡੇ ਦਾ અપਮਾਨ Hindu ਮੁਸਲਮ ਸਿੱਖ ਥਾਈਆਂ ਦਾ UK ਦੇ ਵਿੱਚ ਕਰ ਦਿੱਤਾ ਜਾਂਦਾ ਕਿੱਥੇ ਭਾਰਤ ਮਾਤਾ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਕਿੱਥੇ UK ਦੇ ਅੰਦਰ ਹੂੰ ਉੱਥੇ ਭਗਤ ਸਿੰਘ ਜੀ ਨੂੰ ਅਤੰਕਵਾਦੀ ਕਹਿ ਦਿੱਤਾ ਜਾਂਦਾ ਤੇ ਸਾਡੇ ਪੰਜਾਬ ਚੋਂ ਹਿੰਦੁਸਤਾਨ ਚੋਂ ਸਾਡੇ ਸਿੱਖ ਭਰਾਵਾਂ ਦੀ ਆਵਾਜ਼ ਜਿਹੜੀ ਉੱਠਦੀ ਇਹ ਬੜੇ ਵੱਡੇ ਸਵਾਲ ਨੇ ਸਾਡੇ ਅਸੀਂ ਇਹ ਤਾਂ ਗੱਲ ਕਹਿਣ ਨੂੰ ਬੜੀ ਜਲਦੀ ਕਹਿੰਨੇ ਆ ਧਰਮ ਦੇ ਲੀਡਰ ਜਾਂ ਦੂਸਰੇ ਲੋਕ ਕਿ ਸਾਡੇ ਮੁੰਡੇ ਅਸਾਮ ਨੂੰ ਭੇਜਦੇ ਵੀ ਜਿਹੜਾ ਖਾਲਸਾ ਨੂੰ ਬਣਾਉਣ ਦੀ ਗੱਲ ਕਰੇਗਾ ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰੇਗਾ ਜਿਹੜਾ ਸਾਡੀ ਗ੍ਰੰਥ ਸਾਹਿਬ ਨੂੰ ਲੈ ਕੇ ਉੱਥੇ ਅਪਮਾਨਿਤ ਕਰਨ ਦੀ ਗੱਲ ਕਰੇਗਾ ਜੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਉਹ ਆਵਾਜ਼ ਉਠਾਉਣਗੇ ਪਰ ਜਿਹੜੇ ਅੰਮ੍ਰਿਤਪਾਰ ਕਰਕੇ ਅੱਗ ਲੱਗੀ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਤਿਰੰਗੇ ਝੰਡੇ ਦਾ ਅਪਮਾਨ ਭਗਤ ਸਿੰਘ ਦਾ ਅਪਮਾਨ ਭਾਰਤ ਮਾਤਾ ਦਾ ਅਪਮਾਨ ਉਹਨੂੰ ਸਾਡੀਆਂ ਕੌਮਾਂ ਤੋਂ ਆਵਾਜ਼ ਕਿਉਂ ਨਹੀਂ ਉੱਠਦੀ ਮੇਰਾ ਇੱਕ ਸਰਾਰੀ ਸਵਾਲ ਹੈ ਇਹ ਦੇਸ਼ ਸਾਡਾ ਹੈ ਇਹ ਦੇਸ਼ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਸ਼ਹਾਦਤਾਂ ਇਸ ਦੇਸ਼ ਲਈ ਦਿੱਤੀਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਯੋਧੇ ਕਾਲਾ ਪਾਣੀ ਵਰਗੇ ਯੋਧੇ ਜਿਨ੍ਹਾਂ ਨੇ ਫਾਂਛੀਆਂ ਦੇ ਰੱਸਿਆਂ ਨੂੰ ਹੱਥ ਹੱਟ ਕੇ ਚੁੰਮਿਆ ਉਸ ਤੋਂ ਬਾਅਦ ਭਾਰਤ ਨੂੰ ਆਜ਼ਾਦੀ ਮਿਲੀ ਇਹ ਤਿਰੰਗਾ ਝੰਡਾ ਬਣਿਆ ਇਸ ਭਾਰਤ ਦੀ ਖਾਤਰ ਅੱਜ ਉਸ ਭਾਰਤ ਨੂੰ ਅਸੀਂ ਸਿੱਖ ਕੌਮ ਨੇ ਚੰਦ ਲੋਕਾਂ ਨੇ ਕੱਲਾ ਹੀ ਛੱਡ ਦਿੱਤਾ ਅੱਜ ਦੇ ਤਿਰੰਗੇ ਝੰਡੇ ਲੈ ਕੇ ਉੱਥੇ ਜਲੂਸ ਕੱਢੇ ਜਾਂਦੇ ਨੇ ਵਿਦੇਸ਼ਾਂ 'ਚ ਪਰ ਮੇਰਾ ਸਿੱਖ ਭਰਾ ਉਹਦੇ 'ਚ ਕੋਈ ਨਹੀਂ ਹੁੰਦਾ ਇਹਦਾ ਕੋਈ ਨਾ ਕੋਈ ਸਾਡੇ 'ਚ ਕਮੀ ਹੈ ਕੌਣ ਹੈ ਰਾ ਜ਼ਿੰਮੇਦਾਰ ਕੌਣ ਹੈ ਪੰਜਾਬ ਨੂੰ ਅੱਗ ਲਾਉਣ ਵਾਲਾ ਕੱਲਾ ਅਮਰਪਾਲ ਪੰਜਾਬ ਨੂੰ ਅੱਗ ਲਾਉਣ ਵਾਲਾ 36000 ਲੋਕਾਂ ਦਾ ਖੂਨ ਪੀਣ ਤੋਂ ਬਾਅਦ ਖਾਲਸਤਾਨ ਦੇ ਨਾਰੇ ਲਾ ਕੇ ਪਿੰਡਾਂ ਦੇ ਪਿੰਡ ਖਾਲੀ ਕਰਾਉਣ ਤੋਂ ਬਾਅਦ ਹਜੇ ਵੀ ਇਹ ਖੂਨ ਦੇ ਪਿਆਸੇ ਨੇ ਕਰੀ ਮੇਰਾ ਖੂਨ ਪੀਣਾ ਪੀ ਲੋ ਮੇਰਾ ਖੂਨ ਲੋਕਾਂ ਦਾ ਖੂਨ ਪੀਣਾ ਚਾਹੁੰਦੇ ਹੋ ਸਾਡੇ ਹਿੰਦੂ ਸਿੱਖ ਦੇ ਵਿੱਚ ਫਰਕ ਕੀ ਹੈ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਪਿਤਾ ਜੀ ਤੁਸੀਂ ਵੀ ਇੱਕ ਸਰਦਾਰ ਸਾਹਿਬ ਹੋ ਤੁਹਾਡੇ ਪਿਤਾ ਦੀ ਫੌਜ ਦੇ ਵਿੱਚ ਜਰਨੈਲ ਤੁਹਾਡੇ ਬ੍ਰਦਰ ਕਰਨਲ ਜੰਮੂ ਕਸ਼ਮੀਰ ਦੇ ਅੰਦਰ ਪੱਗ ਸਿਰ ਤੇ ਦਸਤਾਰ ਸਜਾਈਆ ਗੁਰੂ ਮਹਾਰਾਜ ਜੀ ਕਾਦੇ ਲਈ ਆਰਧ ਮਾਤਾ ਲਈ ਦੇਸ਼ ਦੀ ਖਾਤਰ ਇੱਕ ਇੱਕ ਚੰਦ ਸਰਦਾਰ ਕੌਮ ਨੂੰ ਬਦਨਾਮ ਕਰਨ ਵਾਲੇ ਭਾਰਤ ਮਾਤਾ ਦਾ ਅਪਮਾਨ ਹੁੰਦਾ ਕੋ ਆਵਾਜ਼ ਨਹੀਂ ਆਉਂਦੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਜਿੰਨਾ ਦੇਰੀ ਹੋ ਰਹੀ ਹੈ ਇਹ ਅੰਮ੍ਰਿਤਪਾਲ ਤੇ ਭਾਰ ਵੱਧ ਜਾ ਜਾਏਗਾ ਬੱਚੇ ਗਾਣੀ ਪੁਲਿਸ ਦੇ ਸਕੰਜੇ ਤੋਂ ਪੁਲਿਸ ਆਪਣਾ ਰੋਲ ਸੰਗੇ ਤਰੀਕੇ ਨਾਲ ਅਦਾ ਕਰ ਰਹੀ ਹੈ ਬਿਲਕੁਲ ਬਿਲਕੁਲ ਸਾਨੂੰ ਕੋਈ ਸ਼ੰਕਾ ਨਹੀਂ ਜੋ ਏਜੰਸੀ ਕੰਮ ਕਰ ਰਹੀ ਹੈ ਜੋ ਪੁਲਿਸ ਕੰਮ ਕਰ ਰਹੀ ਹੈ ਆਪਣਾ ਕੰਮ ਕਰ ਰਹੀ ਹੈ ਠੀਕ ਹੈ ਚਲੋ ਸਵਾਲ ਜ਼ਰੂਰ ਬਣਦਾ ਹੈ ਕਿੰਨੇ ਦਿਨ ਹੋ ਗਏ ਆਖਰਕਾਰ ਕਾਬੂ ਕਿਉਂ ਨਹੀਂ ਕੀਤਾ ਗਿਆ ਪਰ ਇਸ ਦੇ ਵਿਚਾਲੇ ਦੋ ਵੀਡੀਓ ਸਾਹਮਣੇ ਆਉਂਦੀਆਂ ਨੇ ਜੇਕਰ ਉਹਨਾਂ ਦੋ ਵੀਡੀਓ ਦਾ ਨਿਚੋੜ ਕੱਢਿਆ ਜਾਵੇ ਤਾਂ ਸਿੱਧੇ ਤੌਰ ਤੇ ਜ਼ਿਕਰ ਕੀਤਾ ਜਾਂਦਾ ਸਰਬੱਤ ਖਾਲਸਾ ਦਾ ਮੰਗ ਕੀਤੀ ਜਾਂਦੀ ਹੈ ਤੇ ਮੰਗ ਕਿਸ ਦੇ ਅਗੇ ਅਪੀਲ ਕੀਤੀ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਕਿ ਸਰਬੱਤ ਖਾਲਸਾ ਜਿਹੜਾ ਵਿਸਾਖੀ ਵਾਲੇ ਦਿਨ ਬੁਲਾਇਆ ਜਾਵੇ ਹਾਲਾਂਕਿ ਜਥੇਦਾਰ ਸਾਹਿਬ ਦੇ ਵੱਲੋਂ ਪੂਰਾ ਪ੍ਰੋਗਰਾਮ ਇਹ ਜਿਹੜਾ ਜਾਰੀ ਕਰ ਦਿੱਤਾ ਗਿਆ ਹੁਣ ਉਸ ਤੇ ਹੀ ਕੋਈ ਸੰਭਾਵਨਾ ਜ਼ਿਆਦਾ ਨਜ਼ਰ ਨਹੀਂ ਆ ਰਹੀ ਪਰ ਕਿਵੇਂ ਦੇਖਦੇ ਆ ਅਖਰਕਾਰ ਸਰਬੱਤ ਖਾਲਸਾ ਤੱਕ ਦਾ ਜ਼ਿਕਰ ਕਰਨਾ ਜਾਂ ਕੀ ਅਜਿਹੇ ਹਾਲਾਤ ਹੈ ਨੇ ਜਾਂ ਅਜਿਹੀ ਲੋੜ ਹੈ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਮੈਂ ਦੱਸਣਾ ਇਹ ਨਟੰਕੀ ਇਹ ਚਲਾਕੀ ਕਰਨ ਵਾਲਾ ਇਹ ਕੌਮ ਨੂੰ ਗੁੰਮਰਾਹ ਕਰਨ ਵਾਲਾ ਚੋਲਾ પાਕੇ ਦਤਾਰ પાਕੇ ਅਮਰਿਤ ਛੱਕੇ 4 ਮਹੀਨਿਆਂ ਦੇ ਵਿੱਚ ਵਾਲ ਕੱਟੇ ਚੋਲਾ ਪਾੜਿਆ ਲੋਕ ਪਿੱਛੇ ਲੱਗੇ ਮੈਨੂੰ ਵੀ ਗੱਲ ਦੱਸੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਕੇ ਆਪਣੇ ਯਾਰ ਨੂੰ ਛਡਵਾਇਆ ਪੁਲਿਸ ਸਟੇਸ਼ਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਾਇਆ ਹੁਣ ਇਹਨੂੰ ਪਤਾ ਮੇਰੇ ਕੋਲ ਕੋਈ ਰਸਤਾ ਨਹੀਂ ਬਚਨ ਦਾ ਪਹਿਲਾਂ ਦੱਸੋ ਇਹਦੀ ਔਕਾਤ ਕੀ ਹੈ ਕਹਿੰਦੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਸਰਬਤ ਖਾਲਸਾ ਬਣਾ ਲਓ ਅਰੇ ਕੋਈ ਅਤਿੰਦਰਪਾਲ ਜੀ ਕਹਿਣ ਕੋ ਢੜਰੀਆਂ ਵਾਲਾ ਸਾਹਿਬ ਕਹਿਣ ਕੋ ਧਰਮ ਪ੍ਰਚਾਰਕ ਵੱਡੇ ਵੱਡੇ ਕਹਿਣ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਹਿਣ ਤੇ ਮੰਨਿਆ ਜਾਂਦਾ ਵੀ ਇਹ ਸਰਬਤ ਅਰੇ ਤੂੰ ਕੱਲ ਦੁਬਈ ਤੋਂ ਆ ਕੇ ਅੱਜ ਸਿੱਖ ਕੌਮ ਦਾ ਅਗਵਾਈ ਕਰਨ ਲੱਗ ਪਏ ਤੇਰੇ ਨਾਲ ਚਾਰ ਬੰਦੇ ਬਣ ਕੇ ਤੇ ਆਹੀ ਅਸੀਂ ਤੇਰੇ ਪਿੱਛੇ ਲੱਗ ਜਾਗੇ ਦੀਪ ਸੰਧੂ ਨਾਲ ਲੱਖਾਂ ਬੰਦੇ ਲੱਗੇ ਉਹਨਾਂ ਦੇ ਪਿੱਛੇ ਲੱਗ ਜਾਗੇ ਇਹ ਤੁਸੀਂ ਅਸੀਂ ਫੈਸਲਾ ਕਰਨਾ ਕਿ ਇਹ ਸੱਚੇ ਸਿੱਖ ਨੇ ਹੁਣ ਦੀਪ ਸੰਧੂ ਚਲਾ ਗਿਆ ਕਹਿਣਾ ਨਹੀਂ ਚਾਹੀਦਾ ਦਾੜੀ ਕੱਟੀ ਵਾਲ ਕੱਟੇ ਦਾੜੀ ਰੰਗੀ ਵਾਲ ਕੰਡੇ ਇੱਕ ਇੱਕ ਚਿੰਟੀ ਤੋਂ ਬਾਦ ਲਾਂਦਾ ਇਹ ਸਿੱਖ ਕੌਮ ਦੇ ਹੀਰੋ ਬਣਾ ਲਿਆ ਚੰਦ ਲੋਕਾਂ ਨੇ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਗੇ ਕਿੱਥੇ ਨੇ ਸਿੱਖ ਕੌਮ ਦੇ ਆਗੂ ਕਿਉਂ ਨਹੀਂ ਬਾਹਰ ਆਉਂਦੇ ਅੱਜ ਇਹਦੀ ਇਹ ਔਕਾਤ ਅਕਾਲ ਤਖਤ ਦੇ ਜਥੇਦਾਰ ਸਾਡੇ ਸੁਪਰੀਮ ਸਾਡੇ ਸਰਤਾਜ ਕਿੰਨਾ ਕੁਛ ਬੋਲ ਜਾਂਦੇ ਨੇ ਪਰ ਬਿੱਟੇ ਦੇ ਮੂੰਹ ਤੋਂ ਕੋਈ ਆਵਾਜ਼ ਨਹੀਂ ਐ ਸਿਰ ਝੁਕਾਉਨੇ ਓਏ ਤੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਹਣਾ ਉਹਨਾਂ ਦੇ ਮੋਢੇ ਤੇ ਰੱਖ ਕੇ ਸਰਬਤ ਖਾਲਸਾ ਦੇ ਨਾਂ ਤੇ ਬੰਦੂਕ ਚਲਾ ਕੇ ਤੂੰ ਵਟਣਾ ਚਾਹੁੰਦਾ ਫਿਰ ਉੱਥੇ ਇਕੱਠ ਹੋਏਗਾ ਫਿਰ 500 ਇਧਰੋਂ 400 ਇਧਰੋਂ 200 ਇਧਰੋਂ ਫਿਰ ਵਿੱਚੋਂ ਆਵਾਜ਼ਾਂ ਉੱਠਣਗੀਆਂ ਅਮਰਤਪਾਲ ਤੂੰ ਕਿੱਥੇ ਆ ਜਾ ਫਿਰ ਪੁਲਿਸ ਫੜਨ ਆਏਗੀ ਫਿਰ ਹੀਰੋ ਬਣ ਜਾਏਗਾ ਆ ਕਹਾਣੀ ਹੈ ਅਮਰਤਪਾਲ ਦੀ ਅਮਰਤ ਪਹਿਲੇ ਮੈਨੂੰ ਦੱਸੋ ਹੈ ਕੀ ਹੈ ਕਿੰਨੇ ਸਾਲ ਪੁਰਾਣਾ ਮੈਨੂੰ ਦੱਸੋ ਕਰੋ ਉਹਨੇ ਅੰਮ੍ਰਿਤ ਛਕਿਆ ਕੱਲ ਅੰਮ੍ਰਿਤ ਛਰਿਆ ਲੋਕ ਪਿੱਛੇ ਲੱਗ ਜਾਣ ਲੱਗ ਜਾਣ ਅਸੀਂ ਤੇ ਨਹੀਂ ਲੱਗਦੇ ਪਿੱਛੇ ਇਹ ਸਚਾਈ ਲੋਕਾਂ ਨੂੰ ਦੇਖਣੀ ਪੈਗੀ ਕਿ ਇੱਕ ਬੰਦੇ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤਾ 40 ਸਾਲ ਹੋ ਗਏ ਸਾਨੂੰ ਸੰਤਾਪ ਕਰਦੇ ਆ ਕਰਦੇ ਆ ਲੋਕਾਂ ਨੂੰ ਜਵਾਨੀ ਸਾਡੀ ਪੰਜਾਬ ਦੀ ਇਹਨਾਂ ਲੋਕਾਂ ਨੇ ਬਰਬਾਦ ਕਰਤੀ ਲੱਖਾਂ ਲੋਕਾਂ ਨੂੰ ਬੇਕਾਰ ਕਰਤਾ ਕਿ ਸਿੱਖ ਕੌਮ ਦੀ ਮਰਿਆਦਾ ਸੀ ਮੈਂ ਦੱਸਾਂ ਸਿੱਖ ਕੌਮ ਦੀ ਮਰਿਆਦਾ ਮਾਨਵਤਾ ਦੀ ਰੱਖਿਆ ਹਰ ਵਰਗ ਦੀ ਰੱਖਿਆ Hindu ਵੀ Musliman ਵੀ Sikh ਵੀ Isai bhi ਤੇ ਇਹਨਾਂ ਨੇ 19000 ਹਿੰਦੂਆਂ ਲੜਕਾ ਭਰਾਵਾਂ ਦਾ ਕਤਲੇਆਮ ਕਰਤਾ ਬਾਕੀ ਸੈਕੂਲਰ ਸਿੱਖਾਂ ਦਾ ਕਤਲੇਆਮ ਕਰਤਾ ਸਾਡੀ ਪਛਾਣ ਕੀ ਇਹਨਾਂ ਨੇ ਬਣਾਤੀ ਕਿੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿੱਥੇ ਢੱਡਰੀਆਂ ਵਾਲਾ ਸਾਹਿਬ ਕਿੱਥੇ ਸਾਡੀ ਪੂਰੀ ਪਛਾਣ ਬਣਾਤੀ ਕਿ ਅਸੀਂ ਵਾਇਲਟ ਕਰਦੇ ਹਾਂ ਕਦੀ ਅਸੀਂ ਸਿੰਧੂ ਬਾੜ ਦੇ ਉੱਤੇ ਫੜ ਕੇ ਬੰਦੇ ਨੂੰ ਉਹਨੂੰ ਕੱਟ ਦਿੰਦੇ ਹਾਂ ਕਦੀ ਚੰਡੀਗੜ੍ਹ ਦੇ ਵਿੱਚ ਅਸੀਂ ਘੋੜੇ ਚਲਾ ਦਿੰਦੇ ਹਾਂ ਲਾਠੀਆਂ ਚਲਾਉਂਦੇ ਹਾਂ ਕਦੀ ਜਾ ਕੇ ਅਸੀਂ ਅਜਨਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਕਿਰਪਾਨਾਂ ਲਾਠੀਆਂ ਇਹ ਸਾਡੀ ਪਹਿਚਾਨ ਬਣਦੀ ਆ ਸਾਡੀ ਪਹਿਚਾਨ ਨੁਕਸਾਨ ਹੁੰਦਾ ਜਾ ਰਿਹਾ ਮੈਨੂੰ ਇੱਕ ਔਰਤ ਦਾ ਫੋਨ ਆਇਆ ਵਿਦੇਸ਼ ਚੋਂ ਕਹਿੰਨੇ ਮੇਰੀ ਬੇਟੀ ਆਸਟ੍ਰੇਲੀਆ ਪੜ੍ਹਦੀ ਐ ਮੈਂ ਉਹਨੂੰ ਕਹਾ ਕਹਿੰਦੀ ਧਿਆਨ ਨਰਹੀਂ ਉਹ ਜਿਹੜੇ ਗੋਲ-ਗੋਲ ਪੱਗਾਂ ਬਣਦੇ ਨੇ ਉਹਨਾਂ ਤੋਂ ਬਚ ਕੇ ਨਹੀਂ ਮਾਰ ਦਿੰਦੇ ਨੇ ਮੈਂ ਕਹਾ ਭੈਣਾ ਉਹ ਤਾਂ ਬੜੀ ਪਵਿੱਤਰ ਪਕੜੀ ਐ ਕਹਿੰਨੇ ਜੀ ਮੈਨੂੰ ਤਾਂ ਬੜਾ ਡਰ ਲੱਗਦਾ ਇੱਕ ਪੱਤਰਕਾਰ ਔਰਤ ਮੇਰੀ ਇੰਟਰਵਿਊ ਲੈਣਾ ਹੈ ਸੋਸ਼ਲ ਮੀਡੀਆ ਤੋਂ ਕਹਿੰਦੀ ਅਮਰਸਰ ਇੰਟਰਵਿਊ ਲੈਣ ਜਾਣਾ ਲੋਕਾਂ ਨੇ ਮੈਂ ਜਾ ਮੈਂ ਇੰਤਜ਼ਾਮ ਕਿਨੋਂ ਗੋਲ ਪੱਕ ਤੋਂ ਡਰ ਲੱਗਦਾ ਮੈਂ ਕਹ ਪਵਿੱਤਰ ਆ ਕੀ ਕਰੀ ਜਾਨੀ ਆ ਤੂੰ ਇੱਕ ਹੋਰ ਮੇਰਾ ਦੋਸਤ ਹਰਮੰਦਰ ਸਾਹਿਬ ਮੱਥਾ ਡੇਕਣ ਜਾਂਦਾ ਹਰ ਮਹੀਨੇ ਬਾਅਦ ਕਹਿੰਦਾ ਜਾਣਾ ਕੋ ਡਰ ਖੌਫ ਤੇ ਨਹੀਂ ਆ ਤੁਹਾਡੀ ਹਾਲਤ ਕਰਤੀ ਇਹਨਾਂ ਚੜ੍ਹ ਲੋਕਾਂ ਨੇ ਬੋਲਣ ਜੋ ਮਰਜੀ ਇਹਨਾਂ ਨੇ ਬੋਲਦਾ ਮੈਨੂੰ ਫਿਕਰ ਨਹੀਂ ਸਿੱਧਾ ਨਿਕਲ ਆਇਆ ਮੈਦਾਨੇ ਜੰਗ ਚ ਅੱਛਾ ਨੇ ਨਕਾਬ ਬਟਾ ਜੀ ਅਮਰਪਾਲ ਦੀ ਗੱਲ ਹੋ ਰਹੀ ਹੈ 18 ਮਾਰਚ ਤੋਂ ਹੁਣ ਤੱਕ ਜੇ ਕਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਬਹੁਤ ਸਾਰੇ ਸਾਥੀ ਗ੍ਰਿਫਤਾਰ ਵੀ ਕੀਤੇ ਗਏ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਡਿਬੂਰਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਇਸ ਦੇ ਵਿਚਾਲੇ ਕਈ ਵਿਰੋਧੀ ਸੁਰਾਂ ਵਿੱਚ ਉੱਠੀਆਂ ਉਸ ਕਾਰਵੇ ਨੂੰ ਇੱਕ ਵੀ ਸਵਾਲ ਖੜੇ ਕੀਤੇ ਸਿੱਧਾ ਜੇ ਮੈਂ ਸ਼ਰਮਣੀ ਕਮੇਟੀ ਦਾ ਜ਼ਿਕਰ ਕਰਾਂ ਆ ਸ਼ਰਮਣੀ ਕਮੇਟੀ ਦੇ ਮਨ ਵਿਰੋਧ ਕੀਤਾ ਗਿਆ ਕਿ ਐਨਐਸਏ ਤਹਿਤ ਜਿਹੜੀ ਕਾਰਵਾਈ ਕੀਤੀ ਇੱਕ ਕਾਨੂੰਨੀ ਪੈਰਵੀ ਵੀ ਅਕੜਗਲ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਸ ਪੂਰੇ ਜੋ ਇਸ ਦੇ ਵਿਚਾਲੇ ਵਿਰੋਧ ਹੋਇਆ ਖਾਸ ਤੌਰ ਤੇ ਐਨਐਸਏ ਦਾ ਤੇ ਐਨਐਸਏ ਤਹਿਤ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ ਉਸ ਨੂੰ ਕੇ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਮੈਂ ਇੱਕ ਤੁਹਾਨੂੰ ਸਵਾਲ ਦਾ ਜਵਾਬ ਪੁੱਛਣਾ ਅਮਰਪਾਲ ਪਹਿਨਾ ਜਾਂ ਭਾਰਤ ਮਾਤਾ ਪਹਿਨਾ ਅਮਰਪਾਲ ਪਹਿਨਾ ਜਾਂ ਹਿੰਦੂ ਮੁਸਲਮ ਸਿੱਖ ਸਾਈਆਂ ਦੇ ਖੂਨ ਨਾਲ ਚੱਲਿਆ ਵਾਲਾ ਬਾਗ ਦੇ ਵਿੱਚ ਜਰ ਲਈ ਸ਼ਹੀਦ ਇਹ ਆਦ ਮੁੱਦਨ ਸਿੰਘ ਨੇ ਬਦਲਾ ਲਿਆ ਜਾ ਕੇ ਯੂਕੇ ਕੇ ਅੰਦਰ ਉੱਥੇ ਖੂਨ ਡੋਲਿਆ ਸ਼ਹੀਦਾਂ ਦੀਆਂ ਗੋੜੀਆਂ ਖਾਧੀਆਂ ਜਰਨਲ ਡਾਇਰ ਦੀਆਂ ਜੱਤ ਰੰਗਾ ਝੰਡਾ ਪਹਿਲਾਂ ਭਗਤ ਸਿੰਘ ਪਹਿਲਾ ਪੰਜਾਬ ਦਾ ਯੋਧਾ ਜਨੇ ਫਾਂਸੀ ਦੇ ਰੱਥੇ ਨੂੰ ਹੱਥ ਹੱਥ ਕੇ ਚੁੰਮਿਆ ਫਾਂਸੀ ਦਾ ਰੱਥਾ ਵੀ ਰੋਇਆ ਉਸ ਵੇਲੇ ਉਹ ਕਹਿੰਦੇ ਨੇ ਭਗਤ ਸਿੰਘ ਜਦ ਤੂੰ ਮੇ ਫਾਂਸੀ ਹੋਈ ਹੋਗੀ ਤੇਰੀ ਮਾਂ ਰਾਤ ਕੋ ਸੋਈ ਨਹੀਂ ਹੋਗੀ ਪਰ ਤੂੰ ਮੇ ਗਲੇ ਲਗਾ ਕੇ ਫਾਂਸੀ ਦਾ ਫੰਦਾ ਵੀ ਰੋਇਆ ਜ਼ਰੂਰ ਹੋਗਾ ਫਾਂਸੀ ਦਾ ਫੰਦਾ ਤਾਂ ਰੋ ਲੈਂਦਾ ਹੈ ਪਰ ਸਾਡੇ ਕਿਸੇ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਉਹ ਕਹਿੰਦੇ ਜਿਨ੍ਹਾਂ ਨੇ ਪੰਜਾਬ ਨੂੰ ਤੋੜਨ ਦੀ ਖਾਲਸਤਾਨ ਭੁੱਖੇ ਨੰਗੇ ਪਾਕਿਸਤਾਨ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਤਾਂ ਅਸੀਂ ਖੜਾਂਗੇ ਪਰ ਭਾਰਤ ਮਾਂ ਜੜ੍ਹ ਤੇਰੇ ਭਾਰਤ ਮਾਂ ਚ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਮਹਾਰਾਜ ਪਟਨਾ ਜੋਤੀ ਜੋਤ ਨਾ ਡੇਢ ਸਾਹਿਬ ਲੱਖ ਪਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨ ਖੜਾਵਾ ਉਹ ਭਾਰਤ ਉਹਨੂੰ ਅਸੀਂ ਕੱਲਾ ਛੱਡਦੇ ਆ ਤਿਰੰਗੇ ਝੰਡੇ ਨੂੰ ਅਸੀਂ ਕੱਲਾ ਛੱਡਦੇ ਆ ਭਗਤ ਸਿੰਘ ਤੈਨੂੰ ਕੱਲਾ ਛੱਡਦੇ ਆ ਜਿੰਨੇ ਤੂੰ ਫਾਂਸੀ ਦੇ ਕੇ ਆਜ਼ਾਦੀ ਲੈ ਕੇ ਕਾਲੇ ਪਾਣੀ ਦੇ ਉਹ ਯੋਧਿਓ ਪੰਜਾਬ ਦੇ ਯੋਧਿਓ ਜਿਨ੍ਹਾਂ ਨੇ ਫਾਂਸੀ ਦੇ ਰਸਤੇ ਨੂੰ ਚੁੱਕਿਆ ਪੰਜਾਬ ਦੀ ਆਜ਼ਾਦੀ ਲਈ ਉਹਨਾਂ ਨੂੰ ਅਸੀਂ ਕੰਨਿਆਂ ਛੱਡਦੇ ਆ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਜਿਹੜੇ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਨਗੇ ਜਿਹੜੇ ਪੰਜਾਬ 'ਚ ਖਾਲਿਸਤਾਨ ਬਣਾਣਗੇ ਜਿਹੜੇ ਪੰਜਾਬ ਤੋਂ ਬਾਹਰ ਮੇਰੇ ਸਿੱਖ ਭਰਾ ਜਿਨ੍ਹਾਂ ਦੇ ਇਹਨਾਂ ਦੀਆਂ ਗਲਤੀਆਂ ਨਾਲ 84 ਦੇ ਦੰਗੇ ਹੋਏ ਇਹਨਾਂ ਦੀਆਂ ਗਲਤੀਆਂ ਨਾਲ ਬਲੂ ਸਟਾਰ ਆਪਰੇਸ਼ਨ ਹੋਇਆ ਇਹਨਾਂ ਦੀਆਂ ਗਲਤੀਆਂ ਨਾਲ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ ਉਹ ਹੀ ਸਰਕਾਰਾਂ ਉਸ ਵੇਲੇ ਸੈਂਟਰ ਦੀਆਂ ਚਾਹੁੰਦੀਆਂ ਸੀ ਇਹ ਬੇਗੁਨਾਹਾਂ ਦੀ ਕਾਤਨਾ ਲਲ ਖਲੂਣਗੇ ਭਾਰਤ ਮਾਤਾ ਨਾਲ ਨਹੀਂ ਤਿਰੰਗੇ ਝੰਡੇ ਨਾਲ ਨਹੀਂ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਨਹੀਂ ਅਸਲੀਆ ਦੱਸੋ ਤੁਹਾਡੇ ਸਾਹਮਣੇ ਸੱਚ ਆ ਜਾਂ ਝੂਠ ਹੈ ਇਹਦਾ ਮਤਲਬ ਹਰ ਜਗ੍ਹਾ ਤੇ ਧਰਮ ਦੀ ਪੋਲਿਟਿਕ ਹਰ ਜਗ੍ਹਾ ਤੇ ਆ ਵੋਟ ਬੈਂਕ ਦੀ ਪੋਲਿਟਿਕ ਇਹ ਵੋਟ ਦੀ ਬੈਂਕ ਦੀ ਪੋਲਿਟਿਕ ਚ ਗੰਦੀ ਧਰਮ ਦੀ ਠੇਕੇਦਾਰੀ ਨੇ ਪੰਜਾਬ ਨੂੰ ਤਬਾਹ ਕਰਕੇ ਰੱਖਤਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਤਾ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਤੁਰ ਗਏ ਮਾਂ ਬਾਪ ਨੇ ਵਿਦੇਸ਼ਾਂ ਨੂੰ ਭੇਟੇ ਨਹੀਂ ਬਟਾ ਜਿਹੜਾ ਮੈਂ ਤੁਹਾਨੂੰ ਮੁੱਖ ਸਵਾਲ ਕੀਤਾ ਐਨਐਸਏ ਦਾ ਜਿਹੜੀ ਕਿ ਐਨਐਸਏ ਤਹਿਤ ਕਾਰਵਾਈ ਕੀਤੀ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਜਿਹੜਾ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਕਰਨਾ ਗਲਤ ਹੈ ਉਹ ਮੇਰੀ ਗੱਲ ਨੂੰ ਕਾਰਵਾਈ ਕਰਨ ਦੀ ਗਲਤੀ ਹੈ ਮੈਂ ਤੁਹਾਨੂੰ ਉਸੇ ਚੀਜ਼ ਦਾ ਜਵਾਬ ਦੇ ਰਿਹਾ ਹੂੰ ਉਹਦਾ ਤਾਂ ਇਹਨਾਂ ਨੇ ਵਿਰੋਧ ਕਰਤਾ ਤੇ ਜਿਹੜੇ ਯੂਕੇ ਦੇਣ ਦੇ ਤਿਰੰਗੇ ਝੰਡੇ ਨੂੰ ਲਾ ਕੇ ਪੈਰਾ ਤੇ ਰੋਲਿਆ ਗਿਆ ਭਾਰਤ ਮਾਤਾ ਨੂੰ ਗਾਲਾਂ ਕੱਢੀਆਂ ਗਈਆਂ ਭਗਤ ਸਿੰਘ ਨੂੰ ਅਤਵਾਦੀ ਕਿਹਾ ਗਿਆ ਇਹਨਾਂ ਦੀਆਂ ਜ਼ੁਬਾਨਾਂ ਚੁੱਪ ਇਹਨਾਂ ਲਈ ਭਾਰਤ ਨੂੰ ਤੋੜਨ ਵਾਲੇ ਸਰਿਆਨ ਤੁਸੀਂ ਚੈਨਲਾਂ ਦੇ ਉੱਤੇ ਹਰ ਚੈਨਲ ਨੇ ਦਿਖਾਇਆ ਪੂਰੀ ਦੁਨੀਆ ਦੇ ਅੰਦਰ ਕਰਪਾਨਾ ਵਰਸੇ ਕੱਢ ਕੇ ਗੁਰੂ ਗ੍ਰੰਥ ਸਾਹਿਬ ਦਾ અપਮਾਨਿਤ ਉਹਦੇ ਲਈ ਕੋਈ ਆਵਾਜ਼ ਨਹੀਂ ਆਵਾਜ਼ ਉੱਠਦੀ ਹੈ ਜਿਹੜੇ ਪੰਜਾਬ ਨੂੰ ਤੋੜਨ ਦੇਸ਼ ਨੂੰ ਤੋੜਨ ਜਿਹੜੇ ਦੇਸ਼ ਨੂੰ ਜੋੜਨ ਦੀਆਂ ਗੱਲਾਂ ਉਹਦੀ ਕੋਈ ਆਵਾਜ਼ ਨਹੀਂ ਉੜਦੀ ਤੁਸੀਂ ਮੈਨੂੰ ਦੱਸੋ ਇਹਦਾ ਕੋਈ ਜਵਾਬ ਹੈ ਇਨਾਂ ਕੋਲ ਦੱਸੋ ਮੈਨੂੰ ਇੱਕ ਵੀ ਆਵਾਜ਼ ਉੱਠੀ ਹੋਵੇ ਜਿਨ੍ਹਾਂ ਨੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਦੱਸੋ ਇੱਕ ਵੀ ਆਵਾਜ਼ ਉੱਠੀ ਹੋਵੇ ਜਿਨੇ ਭਾਰਤ ਮਾਤਾ ਦਾ ਅਪਮਾਨ ਕੀਤਾ ਦੱਸੋ ਇੱਕ ਆਵਾਜ਼ ਪੰਜਾਬ ਤੋਂ ਉੱਠੀ ਹੋਵੇ ਜਿਨੇ ਭਗਤ ਸਿੰਘ ਜੀ ਦਾ ਅਪਮਾਨ ਕੀਤਾ ਹਾਂ ਦੋ ਚਾਰ ਆਵਾਜ਼ਾਂ ਪੰਜਾਬ ਚ ਮੌਤ ਦਾ ਕਫਨ ਬਣ ਕੇ ਢੱਡਰੀਆਂ ਵਾਲਾ ਸਾਹਿਬ ਤੇ ਦੋ ਤਿੰਨ ਹੋਰ ਪ੍ਰਵਚਨਕਾਰੀ ਮੌਤ ਦਾ ਕਫਨ ਬਣ ਕੇ ਸਾਹਮਣੇ ਆਏ ਗਾਲ੍ਹਾਂ ਕੱਢਦੇ ਗੰਦੀਆਂ ਉਹਨਾਂ ਨੂੰ ਆ ਇਹਨਾਂ ਦੀ ਜਮੀਰ ਹੈ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਦੇ ਸਾਨੂੰ ਤਾਂ ਛੱਡੋ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਨਹੀਂ ਬਖਸ਼ਦੇ ਤੁਸੀਂ ਢੱਡਰੀਆਂ ਵਾਲਾ ਸਾਹਿਬ ਨੂੰ ਨਹੀਂ ਬਖਦੇ ਧਰਮ ਪ੍ਰਚਾਰਕ ਨੂੰ ਤੁਸੀਂ ਹੋਰ ਨਾਲ ਨੂੰ ਨਹੀਂ ਬਖਦੇ ਸਾਰਿਆਂ ਨੂੰ ਡਰਾਉਂਦੇ ਨੇ ਅਸੀਂ ਤਾਂ ਡਰਦੇ ਨਹੀਂ ਅਸੀਂ ਤਾਂ ਮੌਤ ਦੇ ਕਫਨ ਬਣਨੇ ਲਈ ਆਜੋ ਜਿਨੇ ਆਣਾ ਆਜੋ ਤੁਹਾਨੂੰ ਨੰਗਾ ਕਰਾਂਗੇ ਤੁਹਾਡੇ ਨਕਾਬਾਂ ਨੂੰ ਨੰਗਾ ਗੇ ਤੁਸੀਂ ਸਾਡੇ ਪੰਜਾਬ ਤੋਂ ਬਾਹਰ ਸਿੱਖ ਕੌਮ ਨੂੰ ਖਤਰੇ ਦੇ ਵਿੱਚ ਪਾਣਾ ਚਾਹੁੰਦੇ ਹੋ ਇੱਥੇ ਨਾਲ ਹੋਰ ਮੈਂਸ਼ਨ ਕਰਨਾ ਚਾਹਾਂਗਾ ਪਿਛਲੇ ਦਿਨ ਹੀ ਸ਼ਮਣੇ ਕਮੇਟੀ ਦੇ ਪ੍ਰਧਾਨ ਜੋਰਜਿੰਦਰ ਸਿੰਘ ਧਾਮੇ ਨੇ ਉਹਨਾਂ ਦਾ ਬਿਆਨ ਸਾਂ ਲੈ ਹੈ ਕਿ ਜਿਹੜੀ ਪੈਰਾਮਿਲਟਰੀ ਫੋਰਸ ਪੰਜਾਬ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਉਸ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਡਰ ਦਾ ਦਹਿਸ਼ਤ ਦਾ ਮਾਹੌਲ ਹੈ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਪੰਜਾਬ ਸਰਕਾਰ ਤੋਂ ਕਿ ਉਹਨੂੰ ਵਾਪਸ ਕਰਨਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਇਸ ਦੇ ਨਾਲ ਸੂਬੇ ਤੇੜਾ ਆਰਥਿਕ ਬੋਝ ਵੀ ਪੈ ਰਿਹਾ ਮੈਂ ਤੁਹਾਨੂੰ ਦੱਸਣਾ ਅੱਜ ਇਹਨਾਂ ਨੂੰ ਜਦੋਂ ਇਹ ਮੌਦ ਦੇ ਸੁਦਾ ਕਰ ਜਿਨ੍ਹਾਂ ਨੇ ਬੇਗੁਨਾ ਲੋਕਾਂ ਨੂੰ ਪੰਜਾਬ 'ਚ ਮਾਰਿਆ ਸੀ ਹੂੰ ਤੇ ਕਹਿੰਦੇ ਨੇ ਬੰਦੀ ਸਿੱਖ ਉਹ ਉਹ ਲੋਕਾਂ ਨੂੰ ਮਾਰਨ ਇਹ ਆਥਾਮ 'ਚ ਚਲੇ ਗਏ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਪੰਜਾਬ 'ਚ ਦਹਿਸ਼ਤ ਫੜਾਈ ਉਹਨਾਂ ਦੇ ਕੇਸ 헤 ਲੜਨਗੇ ਤੁਹਾਡੇ ਸਾਡੇ ਪੂਰੀ ਦੁਨੀਆ ਦੇ ਲੋਕਾਂ ਦੇ ਦਸਾਂ ਨਵਾਂ ਦੀਆਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਨੇ ਉਹਨਾਂ ਦੇ ਕੇਸ ਲੜਨਗੇ ਹੈਨਾ ਉਹਨਾਂ ਦੇ ਇੱਕ ਕੇਸ ਲੜਨਗੇ ਔਰ ਇਹ ਕਹਿਣਗੇ ਅਸੀਂ ਬੜਾ ਚੰਗਾ ਕੰਮ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੀ ਹੈ ਹੂੰ ਧਰਮ ਪ੍ਰਚਾਰ ਕਰਨਾ ਸਕੂਲ ਖੋਲਣਾ ਕਾਲਜ ਖੋਲਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕੰਮ ਨਹੀਂ ਕਿ ਬੇਗੁਨਾਹ ਦੇ ਕਾਤਲ ਲਈ ਤੁਹਾਡਾ ਸਾਡਾ ਚੜਾਇਆ ਹੋਇਆ ਪੈਸਾ ਗੁਰੂ ਮਹਾਰਾਜ ਦੇ ਚਰਨਾਂ 'ਚ ਉਹ ਕਤਲ ਕਰਨ ਵਾਲਿਆਂ ਦੇ ਦੇਸ਼ ਨੂੰ ਤੋੜਨ ਵਾਲੇ ਦੇ ਹੱਕਾਂ ਚ ਲਾਉਣਾ ਇਹ ਕਾਦੇ ਲਈ ਇਹ ਕੀ ਸਵਾਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹਾਨ ਇੱਕ ਸੰਸਥਾ ਹੈ ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਨਰੋਰਾ ਕੰਮ ਹੈ ਧਰਮ ਪ੍ਰਚਾਰ ਕਰਨਾ ਨਾ ਕਿ ਉਹ ਪ੍ਰਚਾਰ ਹੈ ਕਿ ਅਸੀਂ ਕਿਸੇ ਗਲਤ ਲੋਕਾਂ ਨੂੰ ਛੁਡਾ ਕੇ ਪੰਜਾਬ 'ਚ ਦਹਸ਼ਤ ਪੈਦਾ ਕਰੀਏ ਜੀ ਤੁਸੀਂ ਇਹ ਬਾਹਰ ਜਿਹੜੇ ਵਿਦੇਸ਼ੀ ਧਰਤੀ ਤੇ ਜਿਹੜਾ ਕਿ ਵਿਰੋਧ ਹੋਇਆ ਦੇਸ਼ ਦੇ ਤਿਰੰਗੇ ਦਾ અપਮਾਨ ਕੀਤਾ ਗਿਆ ਇਹ ਸਾਰਾ ਉਸ ਵੇਲੇ ਹੁੰਦਾ ਹੈ ਜਦੋਂ ਕਿ ਪੂਰੇ ਆਪਰੇਸ਼ਨ ਅਮਰਪਾਲ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਜਾਇ ਅਮਰੀਕਾ ਦੀ ਹੋਵੇ ਚਾਹ ਕੈਨੇਡਾ ਦੀ ਗੱਲ ਹੋਵੇ ਚਾਹ ਇੰਗਲੈਂਡ ਦੀ ਅੱਜ ਵੀ ਕੈਨੇਡਾ ਤੋਂ ਖਬਰ ਸਾਹਮਣੇ ਹੈ ਕਿ ਇੱਕ ਮੰਦਰ ਦੇ ਬਾਹਰ ਜਿਹੜੇ ਕਿ ਦੇਸ਼ ਭਰੋ ਦੀ ਨਾਅਰੇ ਵੀ ਲਿਖੇ ਗਏ ਨੇ ਜਦੋਂ ਅਜਿਹਾ ਕੋਈ ਐਕਸ਼ਨ ਪੰਜਾਬ ਦੇ ਵਿੱਚ ਹੁੰਦਾ ਹੈ ਜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਦੇਸ਼ ਦਾ અપਮਾਨ ਕੀਤਾ ਜਾਂਦਾ ਦੇਸ਼ ਦੇ ਉਨਾ ਅੰਸਰਨ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਇਸ ਇਹਨਾਂ ਘਟਨਾਵਾਂ ਨੂੰ ਲੈ ਕੇ ਭਾਰਤ ਸਰਕਾਰ ਨੂੰ ਕਿਸ ਤਰ੍ਹਾਂ ਦਾ ਸਖ਼ਤ ਰੁਖ اختیار ਕਰਨਾ ਚਾਹੀਦਾ ਹੈ ਦੇਖੋ ਜੀ ਭਾਰਤ ਸਰਕਾਰ ਜਸਟ ਸਟੇਟ ਗਵਰਨਮੈਂਟ ਹਮ ਇਹਦਾ ਰੋਲ ਕੋਈ ਨਹੀਂ ਹੋ ਸਕਦਾ ਅਗਰ ਪੂਰੇ ਹਿੰਦੁਸਤਾਨ ਦੇ ਜਿੱਨੇ ਸਾਡੇ ਗੁਰਦੁਆਰਾ ਸਾਹਿਬ ਨੇ ਹਮ ਉਹ ਸੰਗਤ ਬੁਲਾ ਕੇ ਸਿੱਖ ਸੰਗਤ ਬੁਲਾਉਣ ਕਾਰਜਕ੍ਰਮ ਹੁੰਦੇ ਨੇ ਸਾਡੇ ਗੁਰਪੂਰ ਉੱਤੇ ਹੁੰਦੇ ਨੇ ਮੀਡੀਆ ਬੁਲਾਉਣ ਜੀ ਉਹਨਾਂ ਤੇ ਆਵਾਜ਼ ਕੱਢਣ ਇਹਨਾਂ ਲੋਕਾਂ ਦੇ ਕਾਰਨ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ ਇਹਨਾਂ ਲੋਕਾਂ ਦੇ ਕਾਰਨ ਬਲੂ ਸਟਾਰ ਆਪਰੇਸ਼ਨ ਹੋਇਆ ਇਹਨਾਂ ਲੋਕਾਂ ਦੇ ਕਾਰਨ 84 ਦੇ ਦੰਗੇ ਹੋਏ ਇਹ ਪੰਜਾਬ ਚ ਬੇਗੁਨਾਹ ਲੋਕਾਂ ਦਾ ਕਤਲੇਆਮ ਨਾ ਕਰਦੇ ਅੰਦਰਾ ਗਾਂਧੀ ਨੂੰ ਨਾ ਮਾਰਦੇ ਸ਼ਾਇਦ ਬਲੂ ਸਟਾਰ ਆਪਰੇਸ਼ਨ ਨਾ ਹੁੰਦਾ ਸ਼ਾਇਦ 84 ਦੇ ਦੰਗੇ ਨਾ ਹੁੰਦੇ ਸਿੱਖ ਸੰਗਤ ਅੱਗੇ ਨਿਕਲੇ ਗੋਲੀ ਮੁਕਾਬਲੇ ਪੁਲਿਸ ਮੁਕਾਬਲੇ ਪੁਲਿਸ ਫੌਜ ਸਰਕਾਰ ਇਹਦਾ ਕੋਈ ਹੱਲ ਨਹੀਂ ਇਹਦਾ ਕੋਈ ਹੱਲ ਨਹੀਂ ਹੱਲ ਇੱਕੋ ਹੀ ਹੈ ਤੁਸੀਂ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਨਾ ਲੱਗਣਗਾ ਬੁਰਾ ਜਿਨੂੰ ਲੱਗੇ ਤੁਸੀਂ ਮੈਨੂੰ ਦੱਸੋ ਤਿਰੰਗੇ ਝੰਡੇ ਦਾ અપਮਾਨ ਹੋਇਆ ਹੋਇਆ ਹਮ ਭਾਰਤ ਮਾਤਾ ਨੂੰ ਬੁਰਾ ਬੁਲਾਕੇ ਆ ਗਿਆ ਹੋਇਆ ਜੀ ਮੰਦਰਾਂ ਤੇ ਨਾਰੇ ਲਿਖੇ ਗਏ ਹੋਇਆ ਭਗਤ ਸਿੰਘ ਨੂੰ ਅਤੰਕਵਾਦੀ ਕਿਹਾ ਗਿਆ ਹੋਇਆ ਮੈਂ ਤੁਹਾਨੂੰ ਸਵਾਲ ਪੁੱਛਣਾ ਕਿਹੜੇ ਮੇਰੇ ਸਰਦਾਰ ਭਰਾ ਦੀ ਜਮੀਰ ਜਾਗੀ ਕਿ ਮੈਂ ਨਾ ਰਵਿਰੋਧ ਕਰਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਦੱਸੋ ਹਮ ਮੈਂ ਇਹ ਸਵਾਲ ਪੁੱਛਣਾ ਚਾਹਣਾ ਤੁਸੀਂ ਦੱਸੋ ਕੋ ਆਵਾਜ਼ ਉੱਠੀ ਕਿਉਂ ਹਮ ਕਾਰਨ ਕਿਉਂ ਕੀ ਕਾਰਨ ਹੈ ਦੱਸੋ ਕੀ ਜਦੋਂ ਇਹਕ ਮੈਂ ਕਹਿਣਾ ਜਿਹੜਾ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੇ ਕੁਰਬਾਨੀਆਂ ਦਿੱਤੀਆਂ ਫਾਂਸੀ ਦੇ ਰੱਥਿਆਂ ਨਚੁੰਮਿਆ ਜਲਿਆਂਵਾਲਾ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਔਰ ਕਾਲਾ ਪਾਣੀ ਦੀਆਂ ਜੇਹਾਂ ਦੇ ਵਿੱਚ ਸ਼ਹਾਹਤਾ ਦਿੱਤੀਆਂ ਫੌਜ ਦੇ ਜਵਾਨਾਂ ਨੇ ਸ਼ਹਾਹਤਾ ਦਿੱਤੀਆਂ ਤਿਰੰਗੇ ਝੰਡੇ ਚ ਲਿਪਟੀ ਹੋਈ ਖੂਨ ਨਾਲ ਡੈੱਡ ਬੋਡੀ ਉਹਦੀ ਮਾਂ ਉਹਦੇ ਬੱਚੇ ਉਹਦੇ ਪਿਓ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਆਉਂਦੀ ਹੈ ਉਹ ਜਵਾਨ ਪੰਜਾਬ ਦਾ ਗੁਰਤੇਜ ਸਿੰਘ ਜਦੋਂ ਚਾਈਨਾ ਦੇ ਨਾਲ ਜੰਗ ਹੋਈ ਕੱਲਾ ਗੁਰਤੇਜ ਸਿੰਘ ਕਿਰਪਾਨ ਕੱਢੀ ਕਹਿੰਦਾ ਬੋਲੇ ਸੋਨੇ ਹਾਲ 25 ਚਾਈਨਾ ਠੋਕ ਠੋਕ ਕੇ ਮਾਰਦਾ ਜਿ ਬਟੰਡੇ ਦਾ ਗੁਰਤੇਜ ਸਿੰਘ ਕੌਣ ਸੀ ਸਰਦਾਰ ਸੀ ਤੇ ਤੁਸੀਂ ਵੀ ਸਰਦਾਰ ਹੋ ਤੁਹਾਨੂੰ ਚਾਹੀਦੇ ਨੇ ਬੇਗੁਨਾਹਾਂ ਦੇ ਕਤਲ ਕਰਨ ਵਾਲੇ ਉਹਨਾਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਤੁਹਾਨੂੰ ਨਹੀਂ ਚਾਹੀਦਾ ਭਾਰਤ ਇਹ ਕਿੱਥੋਂ ਦਾ ਸੂਲ ਆ ਕਿਸੇ ਦੀ ਆਵਾਜ਼ ਤਾਂ ਉੱਠਦੀ ਬਿੱਟਾ ਹੀ ਬੋਲਦਾ ਪਿਆ ਜਾਂ ਕੋਈ ਧਰਮ ਪ੍ਰਚਾਰਕ ਜਾਂ ਜਿਹੜੇ ਹੋਰ ਲੋਕ ਬੋਲਦੇ ਉਹਨਾਂ ਦਾ ਧੰਨਵਾਦ ਇਹ ਆਵਾਜ਼ ਤਾਂ ਉੱਠੇ ਸਿੱਖ ਕੌਮ ਆਜ਼ਾਦੀ ਦੀ ਰੱਖਿਆ ਦੀ ਕੌਮ ਸਿੱਖ ਕੌਮ ਮਦਰੂਮਾ ਦੀ ਰੱਖਿਆ ਦੀ ਕੌਮ ਇਹਨਾਂ ਨੇ ਆਪਣੇ ਕਾਨੂੰਨ ਬਣਾ ਲਏ ਇਹਨਾਂ ਨੇ ਆਪਣੇ ਕਾਨੂੰਨ ਬਣਾ ਲਏ ਤੁਹਾਡੇ ਵਰਗੇ ਪਰਿਵਾਰਾਂ ਦੇ ਲੋਕ ਤੁਹਾਡਾ ਭਰਾ ਸਾ ਵੀ ਫੌਜ ਚ ਤੁਹਾਡੇ ਪਿਤਾ ਵੀ ਫੌਜ ਚ ਤੁਹਾਡੇ ਪਰਦਾਦੇ ਵੀ ਫੌਜ ਚ ਹੋਣਗੇ ਇਦਾਂ ਦੇ ਕਈ ਪਰਿਵਾਰ ਦੇਖਦਾ ਕਿੰਨਾ ਫਕਰ ਹੁੰਦਾ ਤੁਹਾਨੂੰ ਪਗੜੀ ਦਾ ਵਾਹ ਸਾਨੂੰ ਗੁਰੂ ਮਾਰ ਰਹੇ ਸਾਡੇ ਤੇ ਦਸਤਾਰ ਇਹ ਦਸਤਾਰਾਂ ਸਜਾ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਲੋਕੀ ਸਾਡੇ ਤੇ ਊਗਲਾ ਉਠਾਉਂਦਾ ਜੀ ਬੇਟਾ ਜੀ ਅਮਰਪਾਲ ਦਾ ਜ਼ਿਕਰ ਕਰ ਰਹੇ ਆ ਜਦੋਂ ਪਿੱਛੇ ਦੇ ਸਰੈਂਡਰ ਦੀਆਂ ਖਬਰਾਂ ਸਾਹਮਣੇ ਆ ਕਿ ਸਰੈਂਡਰ ਕੀਤਾ ਜਾ ਸਕਦਾ ਹੈ ਅਮਰਪਾਲ ਦੇ ਵੱਲੋਂ ਤੇ ਉਸ ਵੇਲੇ ਜੋ ਲੋਕ ਸਭਾ ਮੈਂਬਰ ਨੇ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨਮੀ ਨੇ ਉਹਨਾਂ ਦੇ ਵੱਲੋਂ ਅਮਰਪਾਲ ਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਕਿ ਅਮਰਪਾਲ ਨੂੰ ਸਰੈਂਡਰ ਨਹੀਂ ਕਰਨਾ ਚਾਹੀਦਾ ਉਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਅਜੇ ਬੰਨਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਮੈਂ ਸਿਮਰਜੀਤ ਸਿੰਘ ਮਾਨ ਜੀ ਬਾਰੇ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਉਹ ਐਮਪੀ ਜ਼ਰੂਰ ਬਣ ਗਏ ਹੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਵੀ ਉਹ ਜਿਨ੍ਹਾਂ ਨੇ ਭਗਤ ਸਿੰਘ ਜੀ ਨੂੰ ਅਤਵਾਦੀ ਕਹਤਾ ਐਡੇ ਪੜੇ ਲਿਖੇ ਵਿਦਵਾਨ ਹੈ ਆਈਪੀਐਸ ਹਫ਼ਤੇ ਰਹੇ ਭਗਤ ਸਿੰਘ ਨੂੰ ਅਤਵਾਦੀ ਕਹਤਾ ਤੇ ਕੀ ਕਮਾਉਣਾ ਬਾਰੇ ਉਹਨੂੰ ਮੈਂ ਸੀਰੀਅਸ ਲੈਦਾ ਨਹੀਂ ਆ ਚਾਰ ਦਿਨ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਰਿਪੋਰਟ ਆਈ ਹੂੰ ਉਹ ਉਹ ਇਹ ਵੀ ਕਹਿੰਦੇ ਨੇ ਜਿਨ੍ਹਾਂ ਨੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਜਿਨ੍ਹਾਂ ਨੇ ਭਾਰਤ ਮਾਤਾ ਨੂੰ ਗਾਲੀ ਦਿੱਤੀ ਜਿਨ੍ਹਾਂ ਨੇ ਭਗਤ ਸਿੰਘ ਨੂੰ ਆਤਵਾਦੀ ਕਿਹਾ ਇਹ ਸਾਰੇ ਮੇਰੇ ਪੌਦੇ ਲਾਏ ਨੇ ਮੈਂ ਹੀ ਮੋਹਰਾਂ ਲਾ ਲਾ ਕੇ ਪੈਸੇ ਦੇ ਦੇ ਕੇ ਵਡੇਰਿਆਂ ਨੂੰ ਭੇਜੇ ਨੇ ਉਹ ਕਹਿੰਦੇ ਪੈਸੇ ਕੋਲੇ ਰਿਪੋਰਟਰ ਕਹਿੰਦਾ ਪੈਸੇ ਕੋਲੇ ਕਹਿੰਦਾ ਸੀ ਇਲੈਕਸ਼ਨ ਨਹੀਂ ਲੜਨੀ ਵਬਈਵਾ ਇਹ ਮੁਲਕ ਨੂੰ ਤੁਸੀਂ ਧਰਮਥੜਾ ਬਣਾ ਰਿਆ ਵੀ ਤੁਸੀਂ ਬੇਗੁਨਾਹਾਂ ਦੇ ਕਾਤਲਾਂ ਤੋਂ ਪੈਸੇ ਲੈ ਕੇ ਵਿਦੇਸ਼ਾਂ 'ਚ ਭੇਜ ਕੇ ਤਿਰੰਗੇ ਝੰਡੇ ਦਾ અપਮਾਨ ਬਣਾਓ ਇੱਥੇ ਤੁਸੀਂ ਇੱਕ ਲੈਟਰ ਵੀ ਵਾਇਰਲ ਹੋ ਰਹੀ ਹੈ ਕਿ ਮੇਰੇ ਕੋਲ ਨਾ ਸਿਮਰਜ ਸਿੰਘ ਮਾਨ ਦੇ ਸਾਈਨ ਤੇ ਉਸ ਲੈਟਰ ਤੇ ਬਹੁਤ ਸਾਰੇ ਲੋਕਾਂ ਕੇ ਸਾਈਲਮ ਲੈ ਰਹੇ ਮੈਂ ਕਾ ਇੱਕ ਨਹੀਂ ਜੀ ਇਹਨਾਂ ਦੇ ਸਾਰੇ ਮੈਂਬਰਾਂ ਰੀਆਂ ਇਹ ਤਾਂ ਇਨਕੁਆਰੀ ਹੋਣੀ ਹੈ ਐਨਆਈਏ ਇਨਕੁਆਰੀ ਕਰੇਗੀ ਸੀਬੀਆਈ ਇਨਕੁਆਰੀ ਕਰੇਗੀ ਨਹੀਂ ਤਾਂ ਕੋਈ ਨਾ ਕੋ ਕੋਰਟ ਜਾਊ ਮੇਰੇ ਵਰਗਾ ਕੋਰਟ ਜਾਊ ਇਹ ਕਿਸੇ ਨੂੰ ਕੁਝ ਵੀ ਕਹਿ ਸਕਦੇ ਨੇ ਤੁਸੀਂ ਦੇਸ਼ਰਾਤ ਨਾਲ ਧੋਖਾ ਕਰੋ ਤੁਸੀਂ ਖਾਲਸਤਾਨ ਦੀ ਮੰਗ ਕਰਦੇ ਕੋਈ ਇਹਨਾਂ ਨੂੰ ਜਵਾਬ ਦਿੰਦਾ ਕਿ ਜਾ ਮਾਨਸਾ ਬੋਲੀ ਜਾ ਕੋਈ ਗੱਲ ਨਹੀਂ ਅਸੀਂ ਕਹਿੰਦੇ ਅਗਰ ਜਾ ਬੋਲੀ ਜਾ ਕੋਈ ਗੱਲ ਨਹੀਂ ਇਹਨੇ ਥਾਣਾ ਤੇ ਬੋਲੀ ਜਾਂਦੇ ਬੜਿਆ ਖਾਲਸਤਾਨ ਨਾ ਬਣਿਆ ਨਾ ਬਣਿਆ ਸੀ ਨਾ ਬਣੇਗਾ ਬੰਦੇ ਬਣੇਗਾ ਤੇ ਗੰਦੀ ਹਨੇਰੀ ਤੇ ਤਰ੍ਹਾਂ ਬਿੱਟੇ ਦੇ ਜ਼ਖਮੀ ਸਰੀਰ ਤੋਂ ਲਾਸ਼ਾਂ ਤੇ ਗੁਜ਼ਰ ਜਾਏਗਾ ਹਿੰਦੁਸਤਾਨ ਇੱਕ ਸੀ ਇੱਕ ਹੈ ਇੱਕ ਰਹੇਗਾ ਔਰ ਇਹ ਬਚੀ ਜ਼ਿੰਦਗੀ ਜਿਹੜੀ ਹੈ ਧਮਕੀਆਂ ਦੇ ਦਿੰਦੇ ਨੇ ਇਹ ਲੋਕੋ ਪੰਜਾਬ ਦੀ ਅਮਨ ਸ਼ਾਂਤੀ ਦੀ ਖਾਤਰ ਇਹ ਪੱਕਾ ਪੰਜਾਬ ਦੀ ਅਮਨ ਸ਼ਾਂਤੀ ਦੇ ਖਾਤਰ ਜਿੱਦਣ ਮੈਂ ਜਾਵਾਂਗਾ ਇਸ ਦੁਨੀਆ ਤੋਂ ਸ਼ਹੀਦ ਨਹੀਂ ਜਿੱਦਣ ਮਰਾਂਗਾ ਨਾ ਬੰਬਾਂ ਗੋਲੀਆਂ ਨਾਲ ਤੁਹਾਨੂੰ ਪੰਜਾਬ ਦੇ ਲੋਕੋ ਅਮਨ ਸ਼ਾਂਤੀ ਜਾਣ ਤੋਂ ਬਾਅਦ ਮੇਰੇ ਖੂਨ ਨਾਲ ਲਤਪਤ ਮੇਰੀ ਬਾਡੀ ਤੁਹਾਨੂੰ ਅਮਨ ਖਾਨ ਤੇ ਜ਼ਰੂਰ ਹੋਏਗੀ ਸਰਕਾਰ ਨੂੰ ਮਜਬੂਰ ਹੋਣਗੇ ਦੇਸ਼ ਦੇ ਲੋਕ ਮਜਬੂਰ ਕਰਨਗੇ ਲਿਆਓ ਇਹਨਾਂ ਨੂੰ ਉੱਥੋਂ ਫੜ ਕੇ ਸਖਤ ਕਾਰਵਾਈਆਂ ਹੋਣਗੀਆਂ ਜੀ ਅੱਛਾ ਬਟਾ ਜਦੋਂ ਅਜਿਹੀ ਕੁਸਤਿਤੀ ਹੁੰਦੀ ਹੈ ਕੋਈ ਵੱਡਾ ਆਪਰੇਸ਼ਨ ਹੁੰਦਾ ਹੈ ਜਾਂ ਇਸ ਤਰ੍ਹਾਂ ਦੇ ਹਾਲਾਤ ਜਦੋਂ ਸਵੇ ਦੇ ਵਿੱਚ ਬਣਦੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਿਰਮ ਸਾਹਮਣੇ ਆਉਂਦੇ ਕੋਈ ਕਹਿੰਦਾ ਕਿ ਰਾਸ਼ਪਤੀ ਰਾਜ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੋਈ ਕਹਿੰਦਾ ਕਿ ਸਵੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਨਵਜੋਤ ਸਿੰਘ ਸਿੱ ਉਹਨਾਂ ਵੱਲੋਂ ਸਿੱਧੇ ਤੌਰ ਤੇ ਕੇਂਦਰ ਨੂੰ ਸੈਂਟਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਰਾਸ਼ਪਤ ਤੀ ਰਾਜ ਲਗਾਉਣ ਦੀਆਂ ਕੋਸ਼ਿਸ਼ਾਂ ਨੇ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਵੋਟਾਂ ਦੇ ਧਰੂਵੀ ਕਰਨ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਜੀ ਪੋਲੀਟੀਕਲ ਲੋਕ ਸਾਡੇ ਰਾਜਨੀਤਿਕ ਲੋਕਾਂ ਦੀ ਕੋਈ ਜ਼ਮੀਰ ਨਹੀਂ ਅੱਜ ਅਸੀਂ ਕੁਝ ਕਹਿੰਦੇ ਹਾਂ ਕੱਲ ਕੁਝ ਕਹਿੰਦੇ ਹਾਂ ਅੱਜ ਅਸੀਂ ਪੋਲੀਟਿਕਸ ਕਰ ਰਹੇ ਹਾਂ ਨਾ ਇੱਕ ਪਾਸੇ ਭਾਰਤ ਮਾਤਰੰਗਾ ਝੰਡਾ ਭਗਤ ਸਿੰਘ ਦੂਜੇ ਪਾਸੇ ਜਿਨ੍ਹਾਂ ਨੇ ਖਾਲਸਾਪਨ ਦੇ ਨਾਅਰੇ ਲਾਏ ਆਸਾਮ ਦੀਆਂ ਜ਼ਿਲ੍ਹਿਆਂ ਅਸੀਂ ਧਰਮ ਦੇ ਠੇਕੇਦਾਰਾਂ ਨੇ ਅਸੀਂ ਰਾਜਨੀਤਿਕ ਲੋਕਾਂ ਨੇ ਆਪਣੀ ਜ਼ਮੀਰ ਨੂੰ ਵੇਚਿਆ ਤੋ ਮੈਂ ਇਹਨਾਂ ਬਿਆਨਾਂ ਨੂੰ ਸੀਰੀਅਸ ਨਹੀਂ ਲੈਂਦਾ ਇਹ ਕਦੇ ਨਹੀਂ ਇਸ ਤਰ੍ਹਾਂ ਹੋ ਸਕਦਾ ਕਿ ਸੈਂਟਰ ਸਰਕਾਰ ਕੋਈ ਇਹੋ ਜੀ ਗਲਤੀ ਕਰੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗੀ ਕਰੇ ਕੋਈ ਸਰਕਾਰਾਂ ਐਸੇ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਕੋ ਗਲਤ ਰਸਤਾ ਅਪਣਾਇਆ ਜਾਏ ਜਿਹੜਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇ ਪਰ ਇਸ ਵੇਲੇ ਜੋ ਮੈਂ ਮਸਹੂਦ ਕਰਦਾ ਸਟੇਟ ਗਵਰਨਮੈਂਟ ਸਟੇਟ ਦੀ ਪੁਲਿਸ ਸੈਂਟਰ ਦੀ ਪੁਲਿਸ ਮਿਲ ਕੇ ਕੰਮ ਕਰ ਰਹੀਆਂ ਨੇ ਕੋਈ ਕੰਟਰੋਵਰਸਰੀ ਇਹ ਤਾਂ ਪੋਲਿਟੀਕਲ ਬਿਆਨ ਨੇ ਜੀ ਉਹਨਾਂ ਨੇ ਦਿੱਤੇ ਨੇ ਅੱਛਾ ਗੈਂਗਸਟਰ ਦੇ ਮੁੱਦੇ ਤੁਸੀਂ ਅਕਸਰ ਖੁੱਲ੍ਹ ਕੇ ਬੋਲਦੇ ਹੋ ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 28 ਗੈਂਗਸਟਰਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਪੜ੍ਹੀ ਹੋਵੇਗੀ ਉਸ ਦੇ ਵਿੱਚ ਇਕੱਲੇ ਇਕੱਲੇ ਉੱਚ ਗੋਲਟੀ ਬਰਾੜਦਾ ਵੀ ਜ਼ਿਕਰ ਹੈ ਹੋਰ ਬਹੁਤ ਸਾਰੇ ਗਿਹੜੇ ਉਸ ਦੇ ਵਿੱਚ ਗੈਂਗਸਟਰ ਨੇ ਕਿ ਕਿਵੇਂ ਵਕਫਾਕ ਦੇਸ਼ਾਂ ਤੇ ਉਹਨਾਂ ਦੇ ਵੱਲ ਪਨਾਹ ਲਈ ਗਈ ਹੈ ਔਰ ਉਸ ਦੇ ਵਿੱਚ ਜੇਕਰ ਨਿਚੋੜ ਕੱਢਿਆ ਜਾਵੇ ਤਾਂ ਉਹਨਾਂ ਚੋਂ ਸਭ ਤੋਂ ਜ਼ਿਆਦਾ ਗੈਂਗਸਟਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ ਕੈਨੇਡਾ ਦੇ ਵਿੱਚ ਬਣਾ ਲਈ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇੰਨੇ ਵੱਡੇ ਪਦਰ ਤੇ ਵਕਫਾਕ ਦੇਸ਼ਾਂ ਦੇ ਵਿੱਚ ਬਣਾ ਲਈ ਹੋਈ ਹੈ ਬਾਹਰ ਬੈਠ ਕੇ ਜਿਹੀਆਂ ਵਾਰਦਾਤਾਂ ਨੂੰ ਪੰਜਾਬ ਦੇ ਵਿੱਚ ਅੰਜਾਮ ਦਿੰਦੇ ਨੇ ਤਾਂ ਇਸ ਨੂੰ ਲੈ ਕੇ ਕੀ ਅਗਲਾ ਰੁਖ ਹੋਣਾ ਚਾਹੀਦਾ ਜਾਂ ਕਿਹੋ ਜਿਹਾ ਕੋਸ਼ਿਸ਼ਾਂ ਹੋਣੇ ਚਾਹੀਦੀਆਂ ਨੇ ਕਿ ਉਹਨਾਂ ਲੋਕਾਂ ਨੂੰ ਇੱਥੇ ਕਿਸੇ ਨਾ ਕਿਸ ਤਰ੍ਹਾਂ ਲਿਆਂਦਾ ਜਾਵੇ ਤੇ ਉਹਨਾਂ ਨੂੰ ਪੂਰਾ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇ ਦੇਖੋ ਇਸ ਵੇਲੇ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੈ ਹੂੰ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਟੂਰਿਜ਼ਮ ਦੇ ਟੂਰਿਜ਼ਮ ਦੇ ਖਿਲਾਫ ਉਹਨਾਂ ਦਾ ਡੰਕਾ ਵੱਜਦਾ ਹੈ ਚਾਈਨਾ ਵਰਗੇ ਕੰਟਰੀ ਪਾਕਿਸਤਾਨ ਵਰਗੇ ਦੇਸ਼ ਬੰਗਲਾਦੇਸ਼ ਵਰਗੇ ਦੇ ਸਾਡੇ ਆਸ-ਪਾਸ ਜਿਹੜੇ ਕਿ ਦੁਸ਼ਮਣ ਦੇਸ਼ ਨੇ ਆ ਜੋ थर-थर ਕੰਬਦੇ ਨੇ ਆ ਜੋ ਸਮਝੌਤਾ ਕਰਨ ਦੀ ਇਤਰਾਕ ਜਿਹੜੇ ਪੂਰੀ ਦੁਨੀਆ ਉਹਨਾਂ ਨੂੰ ਇੱਜ਼ਤ ਕਰਦੀ ਹੈ ਐਡਾ ਮਜ਼ਬੂਤ ਸਾਡਾ ਭਾਰਤ ਬਣ ਚੁੱਕਿਆ ਕਮੀ ਕਿੱਥੇ ਆ ਜਾਂਦੀ ਛੱਡੀ ਜਿੱਥੇ ਦਸਤਾਰ ਆ ਜਾਂਦੀ ਹੈ ਨਾ ਹੂੰ ਉੱਥੇ ਨਰਿੰਦਰ ਮੋਦੀ ਹੋਵੇ ਜਾਂ ਭਗਵੰਤ ਮਾਨ ਹੋਵੇ ਜਾਂ ਕੋਈ ਹੋਵੇ ਅਮਿਤ ਸ਼ਾਹ ਹੋਵੇ ਉਹ ਝੁੱਕ ਜਾਂਦੇ ਨੇ ਇਹ ਉਹਨਾਂ ਦੀ ਸ਼ਰਾਫਤ ਸਮਝਦੇ ਨੇ ਇੱਕ ਗੱਲ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਗੈਂਗਸਟਰ ਹੋਣ ਜਾਂ ਬੇਗੁਨਾਹਾਂ ਦੇ ਕਾਤਲ ਭੱਜੇ ਹੋਣ ਯਾਦ ਰੱਖਿਓ ਜਦੋਂ ਉਹ ਬੰਦੇ ਦਾ ਮੂਡ ਆ ਗਿਆ ਨਾ ਕਿ ਮੈਂ ਆਹ ਕੰਮ ਕਰਨਾ ਇਹ ਹਟਦੇ ਨਹੀਂ ਕਰੀ ਤਿਰੰਗੇ ਝੰਡੇ ਦਾ ਅਪਮਾਨ 26 ਜਨਵਰੀ ਨੂੰ ਕਰੀ ਤਿਰੰਗੇ ਝੰਡੇ ਦਾ ਅਪਮਾਨ ਯੂਕੇ ਦੇ ਅੰਦਰ ਕبھی ਕੈਨੇਡਾ ਦੇ ਅੰਦਰ ਕਦੀ ਅਮਰੀਕਾ ਦੇ ਅੰਦਰ ਭਾਰਤ ਮਾਨਾਂ ਨੂੰ ਗਾਲਾਂ ਮੈਂ ਬਰਦਾਸ਼ਤ ਕਰਦੇ ਆ ਜੀ ਕਿ ਮੈਨੂੰ ਦੱਸੋ ਚਾਈਨਾ ਬਾਗ ਅੰਦੋਲਨ ਚਾਹੇ ਦੇਸ਼ ਵਿਰੋਧੀ ਕਿ ਤਾਕਤਾ ਕਹਿੰਦੇ ਸੀ ਹੈ ਕਿ ਉੱਥੇ ਹਰ ਮਾਂ ਹਰ ਭੈਣ ਹਰ ਮੁਸਲਿਮ ਭਰਾ ਹਰ ਇੱਕ ਦੇ ਅੰਦਰ ਤਿਰੰਗਾ ਝੰਡਾ ਸੀ ਠੀਕ ਨਾ ਜੀ ਸਾਡਾ ਸਾਡੇ ਹੱਥਾਂ 'ਚ ਤਿਰੰਗਾ ਝੰਡਾ ਕਿੱਥੇ ਗਿਆ ਤੁਸੀਂ ਬਾਰ-ਬਾਰ ਅਗਰ ਤਿਰੰਗੇ ਝੰਡੇ ਦਾ ਇਸ ਭਾਰਤ ਨੂੰ ਤੋੜਨ ਦੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋਗੇ ਇੱਕ ਦਿਨ ਸਰਕਾਰਾਂ 'ਚ ਇੰਨਾ ਦਮ ਹੈ ਇੰਨੀ ਹਿੰਮਤ ਹੈ ਲਿ스트 ਜਾਰੀ ਕਰਤੀ ਹੈ ਨਾ ਕੋਈ ਤਿਆਰੀ ਜ਼ਰੂਰ ਹੋਏਗੀ ਉਹ ਥੋੜੀ ਸਰਕਾਰ ਨਾਲ ਗੱਲਾਂ ਕਰਨੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਕੈਨੇਡਾ ਦੇ ਖਿਲਾਫ ਕੋਈ ਯੂਕੇ ਦੇ ਖਿਲਾਫ ਕੋਈ ਅਮਰੀਕਾ ਦੇ ਖਿਲਾਫ ਕੋਈ ਜਰਮਨੀ ਦੇ ਖਿਲਾਫ ਸਾਜ਼ਿਸ਼ ਕਰੇ ਅਤੰਕਵਾਦੀ ਘਟਨਾ ਕਰੇ ਉਹ ਅਸੀਂ ਜ਼ਿੰਮੇਦਾਰਾਂ ਕੀ ਹੈ ਜੀ ਉਹਨਾਂ ਨੂੰ ਅਹਿਸਾਸ ਕਰਾਉਣ ਕਰਾਈ ਗਈ ਹਿੰਦੁਸਤਾਨ ਦੀ ਸਰਕਾਰ ਕਿ ਅਸੀਂ ਕੈਨੇਡਾ ਦੇ ਖਿਲਾਫ ਕੋ ਸਾਜ਼ਿਸ਼ ਕੀਤੀ ਅਮਰੀਕਾ ਦੇ ਖਿਲਾਫ ਕੋ ਸਾਜ਼ਿਸ਼ ਕੀਤੀ ਤੇ ਇਹ ਕੀ ਹੋ ਰਿਹਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਨੂੰ ਹਵਾਲੇ ਕਰੋ ਸਰਕਾਰਾਂ ਨੂੰ ਅੱਜ ਜਿਹੜੀ ਤੇ ਜਿੰਨੇ ਮਰਜ਼ੀ ਵਕੀਲ ਖੜੇ ਕਰਨ ਉਹਨਾਂ ਨੂੰ ਲਿਆਉਣਾ ਹੀ ਪਵੇਗਾ ਉਹ ਆਉਣਗੇ ਸਾਲ ਲੱਗੇ 6 ਮਹੀਨੇ ਇਹ ਵਾਪਸ ਆਉਣਗੇ ਔਰ ਮੇਰੀ ਮੌਤ ਮੈਂ ਕਹਿੰਦਾ ਮਾਰੋ ਮੈਨੂੰ ਡਟ ਕੇ ਮਾਰੋ ਮੈਂ ਤਾਂ ਬੁਣਤੀ ਜ਼ਿੰਦਗੀ ਤੇ ਆ ਮਾਰੋ ਗੋਲੀਆਂ ਬੰਬ ਜਿੰਨੇ ਮਾਰਨੇ ਆ ਤੁਸੀਂ ਮੇਰੀ ਮੌਤ ਇੱਕ ਸਭ ਤੋਂ ਵੱਡਾ ਹਥਿਆਰ ਹੋਏਗਾ ਸਰਕਾਰਾਂ ਲਈ ਇਹਨਾਂ ਨੂੰ ਵਾਪਸ ਲਿਆਉਂਦਾ ਮੈਂ ਤਾਂ ਮਰਨਾ ਚਾਹੁੰਨਾ ਆਜੋ ਜੀ ਅੱਜ ਦੇ ਵਿੱਚ ਵੀ ਇੱਕ ਸਵਾਲ ਹੈ ਡਰੱਗਸ ਦੇ ਮੁੱਦੇ ਦੀ ਗੱਲ ਕੀਤੀ ਹੈ ਪਿਛਲੇ ਕੁਝ ਦਿਨਾਂ ਤੋਂ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ ਅਕਸਰ ਇੱਕ ਦੂਜੇ ਨੂੰ ਜ਼ਿੰਮੇਵਾਰ ਠਰਿਆ ਜਾਂਦਾ ਓਵਰਡੋਸ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਵੀ ਹੁੰਦੀਆਂ ਨੇ ਇਸ ਦੇ ਵਿਚਾਲੇ ਇੱਕ ਡਰੱਗਸ ਨੂੰ ਲੈ ਕੇ ਜਿਹੜੀਆਂ ਤਿੰਨ ਰਿਪੋਰਟਾਂ ਨੇ ਉਸ ਦਾ ਤੁਸੀਂ ਵੀ ਜ਼ਰੂਰ ਵਿਸਥਾਰ ਨਾਲ ਪੜਿਆ ਹੋਵੇਗਾ ਉਹ ਤਿੰਨ ਰਿਪੋਰਟਾਂ ਜਿਹੜੀਆਂ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਇਜਾਜ਼ਤ ਦੇ ਦਿੱਤੀ ਕਿ ਇਹ ਕਾਰਵਾਈ ਕਰਨ ਦੀ ਉਹ ਮੁੱਖ ਮੰਤਰੀ ਕੋਲ ਪਹੁੰਚ ਚੁੱਕਿਆ ਨੇ ਉਸ ਰਿਪੋਰਟ ਨੂੰ ਕਿਵੇਂ ਵੇਖਦੇ ਹੋ ਔਰ ਡਰੱਗਸ ਦੇ ਮੁੱਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਜੇ ਹੁਣ ਤੱਕ ਜਿਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਸਾਨੂੰ ਪਹਿਲਾਂ ਤਾਂ ਇਸ ਨਿਚੋੜ ਤੱਕ ਜਾਣਾ ਚਾਹੀਦਾ ਹੈ ਜਾਣਾ ਪਏਗਾ ਕਿ ਨਾਰਕੋ ਟੈਰੋਰਿਜ਼ਮ ਲਿਆਂਦੇ ਕੌਣ ਜ਼ਿੰਮੇਦਾਰ ਨੇ ਕਿ ਇਹਦੇ ਵਿੱਚ ਕੋਈ ਪੋਲੀਟੀਸ਼ੀਅਨ ਵੀ ਸਨ ਕਿ ਕੋਈ ਪੋਲੀਟੀਸ਼ੀਅਨਾਂ ਨਾਲ ਸਾਠ ਘਾਟ ਸੀ ਹਾਲਾਂਕਿ ਸੀਮ ਸਾਹਿਬ ਨੇ ਕਿਹਾ ਕਿ ਜਿਹੜਾ ਵੀ ਉਸਦੇ ਵਿੱਚ ਸ਼ਾਮਲ ਹੋ ਗਿਆ ਉਸਤੇ ਐਕਸ਼ਨ ਲਿਆ ਜਾਵੇਗਾ ਗੱਲ ਇਹ ਹੈ ਇਹ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਜੇ ਦਾ ਸੈਂਟਰਲ ਗਵਰਨਮੈਂਟ ਨੇ ਸਟੈਪ ਚੁੱਕਿਆ ਪੰਜਾਬ ਕਮੰਡ ਨੂੰ ਦਿੱਤਾ ਪੰਜਾਬ ਗੌਰਮੈਂਟ ਨੂੰ ਪੂਰਾ ਚੰਗੀ ਤਰ੍ਹਾਂ ਸਟੈਪ ਚੁੱਕਣਾ ਚਾਹੀਦਾ ਜਿਸ ਤਰ੍ਹਾਂ ਬੇਗੁਨਾਹਾਂ ਦੇ ਕਤਲ ਕਰਨ ਵਾਲੇ ਦੇਸ਼ ਨੂੰ ਤੋੜਨ ਵਾਲਿਆਂ ਨੂੰ ਭੇਜਿਆ ਆਸਾਮ ਚਾਹੇ ਕੋ ਮੰਤਰੀ ਰਿਹਾ ਹੋਵੇ ਚਾਹੇ ਸੀਐਮ ਰਿਹਾ ਹੋਵੇ ਚਾਹੇ ਕੋਈ ਰਿਹਾ ਹੋਵੇ ਜਿਹੜੇ ਡਰੱਗਸ ਦੇ ਵਿੱਚ ਇਨਵੋਲਵ ਸੀ ਸਮਾਜ ਦੇ ਅਦਰਸ਼ ਲੀਡਰ ਜਿਹੜੇ ਇਲੈਕਸ਼ਨ ਲੜੇ ਮੰਤਰੀ ਬਣੇ ਐਮਐਲਏ ਬਣੇ ਜਾਂ ਸੋਸ਼ਲ ਵਰਕਰ ਸੀ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਤਾਂ ਕਿ ਇਹ ਠੀਕ ਜੋ ਕੰਮ ਕੀਤਾ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਪਰ ਸਾਡਾ ਪੰਜਾਬ ਤਾਂ ਖਾਲੀ ਕਰਤਾ ਤੇ ਮਾਮਾ ਦੀਆਂ ਮਾਵਾ ਬਾਪ ਕੀ ਕਹਿੰਦੇ ਨੇ 2 ਏਕੜ ਜ਼ਮੀਨ ਵੇਚ ਕੇ ਕਹਿੰਦੇ ਨੇ ਕਹਿੰਦੇ ਮੇਰਾ ਪੁੱਤਰ ਕਿਤੇ ਨਸ਼ੇੜੀ ਨਾ ਪੰਜੇ ਇਹਨੂੰ ਭੇਜ ਦਿਓ ਕੈਨੇਡਾ ਭੇਜ ਦਿਓ ਅਮਰੀਕਾ ਆਪਣੀਆਂ ਜ਼ਮੀਨਾਂ ਵੇਚ ਦੇ ਮਾਪੇ ਤੁਰ ਜਾਂਦੇ ਨੇ ਦੁਨੀਆ 'ਚ ਬੱਚੇ ਮਾਪੇ ਨੂੰ ਮਿਲ ਨਹੀਂ ਸਕਦੇ ਕੌਣ ਹੈ ਜ਼ਿੰਮੇਦਾਰ ਅਸੀਂ ਪੋਲਿਟੀਸ਼ੀਅਨ ਜ਼ਿੰਮੇਦਾਰਾਂ ਤੇ ਜਿਹੜੇ ਬੱਚੇ ਖੁਜੇ ਨੇ ਉਹਨਾਂ ਨੂੰ ਅਮਰਤਪਾਲ ਕਹਿੰਦਾ ਮੈਂ ਏਕੇ 47 ਫੜਾਵਾਂਗਾ ਤੇਰੀ ਹੱਸੀ ਕਿ ਤੈਸੀ ਤੂੰ ਫੜਾਏਗਾ ਤੂੰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੇਗਾ ਤੂੰ ਮਾਵਾ ਦੇ ਲਾਲ ਪਹਿਲਾਂ ਇਹਨਾਂ ਨੇ ਹਜ਼ਾਰਾਂ ਮਰਵਾ ਛੱਡੇ ਕੋਈ ਅੱਤਵਾਦੀ ਨਹੀਂ ਸੀ ਇੱਕ ਕੇ 47 ਅੰਮ੍ਰਿਤਪਾਰ ਵਰਗਿਆ ਨੇ ਫੜਾਤੀ ਹੁਣ ਬਾਜਾ ਪ੍ਰਧਾਨ ਮੰਤਰੀ ਨਾਮ ਹੈ ਸੁਣਿਆ ਬਾਜਾ ਉਹਦਾ ਉਹਦਾ ਜ਼ਿਕਰ ਬਹੁਤਿਆਂ ਵੱਲੋਂ ਕੀਤਾ ਗਿਆ ਹੈ ਜਥੇਦਾਰ ਵੀ ਇਹ ਕਹਿੰਦੇ ਨੇ ਕਿ ਜੇਕਰ ਨਹੀਂ ਨਹੀਂ ਜਥੇਦਾਰ ਦਾ ਧਿਆਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨੇ ਕਿ ਜੇਕਰ ਦੇਸ਼ ਦੀ ਸੁਰੱਖਿਆ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਤੋਂ ਖਤਰਾ ਤੇ ਫਿਰ ਦੇਸ਼ ਕਿੰਨਾ ਕੁ ਮਜ਼ਬੂਤ ਹੋਵੇ ਉਹਨਾਂ ਦਾ ਇਹ ਬਿਆਨ ਮੈਂ ਦੱਸਣਾ ਹੁਣ ਬਾਜਾ ਮੈਂ ਤਾਂ ਜਾਣਦਾ ਨਹੀਂ ਮੈਂ ਤਾਂ ਉਹਦੀ ਵੀਡੀਓ ਦੇਖ ਕੇ ਉਹਨੂੰ ਰਿਸਰਚ ਕੀਤਾ ਉਹ ਭੋਲੂ ਆਦਮੀ ਫਸ ਗਿਆ ਉਹ ਨਾ ਅੱਤਵਾਦੀ ਨਾ ਕਿਸੇ ਨੂੰ ਮਾਰਨ ਜੋਗਾ ਜੇ ਮਾਰਨ ਜੋਗਾ ਹੋਇਆ ਤਾਂ ਭੰਡਾ ਪੁਲਿਸ ਆ ਗਈ ਪੁਲਿਸ ਆ ਗਈ ਉਹ ਅਮਰਤਪਾਲ ਦੇ ਉਸਤੇ ਵੀ ਐਨਐਸਏ ਲੱਗ ਮੇਰੀ ਉਹ ਮੇਰੀ ਗੱਲ ਸੁਣੋ ਨਾ ਉਹ ਅਮਰਤਪਾਲ ਦੇ ਚੱਕਰਾਂ 'ਚ ਫਸ ਕੇ ਭਾਵਕ ਹੋ ਕੇ ਤੇ ਗਰਮ ਬਿਆਨਬਾਜ਼ੀ ਕਰਨ ਲਈ ਛੋਟਾ ਔਰਾ ਬੱਚਾ ਮੈਨੂੰ ਵੀ ਤਰਸਾਂ ਦਾ ਐਡਾ ਜਾ ਮੁੰਡਾ ਰ ਆ ਵਿਚਾਰੇ ਦਾ ਮਾਂ ਰ ਹੁੰਦੀ ਐ ਵਾਈਫ ਉਹਦੀ ਰ ਹੁੰਦੀ ਐ ਪਰ ਮੈਂ ਇੱਕ ਗੱਲ ਕਵਾਂਗਾ ਚੈਨਲ ਦੇ ਸਭ ਨੂੰ ਥਰੂ ਸਰਕਾਰਾਂ ਨੂੰ ਵੀ ਕਹਿਣਾ ਚਾਹਾਂਗਾ ਬਾਜੇ ਨੂੰ ਐਡੀ ਵੱਡੀ ਸਦਾ ਨਹੀਂ ਉਹਨੂੰ ਇੱਕ ਮੌਕਾ ਦੇਣਾ ਚਾਹੀਦਾ ਬਾਜੀ ਨਹੀਂ ਨਹੀਂ ਮੇਰੀ ਮੇਰੀ ਗੱਲ ਨਹੀਂ ਸਮਝੇ ਮੈਂ ਦੇਖੋ ਮੈਂ ਉਹਨੂੰ ਜਾਣਦਾ ਨਹੀਂ ਪਰ ਜੋ ਰਹੀਆਂ ਮੈਂ ਵੀਡੀਓ ਸੁਣ ਰਿਹਾ ਉਹ ਤਾਂ ਭੋਲੂ ਹੈ ਉਹ ਤਾਂ ਭਾਵਕ ਹੋ ਕੇ ਉਹਨੇ ਕੀਤਾ ਉਹ ਉਹ ਬੇਗੁਨਾਹ ਹਲਾ ਕਤਲ ਕਰ ਹੀ ਨਹੀਂ ਸਕਦਾ ਸ਼ੋਰ ਪਾ ਸਕਦਾ ਉਹਨੇ ਪਬਲਿਸ਼ਿਟੀ ਦੀ ਖਾਤਰ ਵਿਚਾਰਾ ਇਹਦੇ ਭਾਵਕ ਭਾਸ਼ਣਾ ਦੇ ਵਿੱਚ ਰਗੜਾ ਖਾ ਗਿਆ ਉਹ ਇੰਨੇ ਜੋਗਾ ਨਹੀਂ ਸੀ ਮੈਂ ਕਿਸੇ ਦੇ ਬਾਰੇ ਕਿਹਾ ਨਹੀਂ ਇਦਾਂ ਮੈਂ ਦੇਖੋ ਜਿਹੜਾ ਸਹੀ ਹੈ ਹੁਣ ਕੁੱਕੀ ਗਿੱਲ ਹੈ ਤੁਹਾਡੇ ਜਿਹਨੇ ਮੱਕ ਲਲਿਤ ਮੱਕਨ ਦਾ ਕਤਲ ਕੀਤਾ ਹਰੀ ਕ੍ਰਾਂਤੀ ਦੇ ਵਾਈਲਡ ਚੈਂਸਰ ਦਾ ਮੁੰਡਾ ਵਦੇਸ਼ਾਂ 'ਚ ਪੜ੍ਹਨਾ ਸੀ ਉਹਦੇ ਤੁਸੀਂ ਵੀਡੀਓ ਸੁਣੋ ਕਿਹਾ ਉਹ ਇੰਟੈਲੀਜੈਂਟ ਇਨਸਾਨ ਹੈ ਅਗਰ ਕੋਈ ਅਫਸਰ ਹੁੰਦਾ ਪੰਜਾਬ ਦਾ ਸਿੱਖ ਕੌਮ ਦਾ ਨਾਂ ਉੱਚਾ ਕਰਦਾ ਪਰ ਇਹਨਾਂ ਲੋਕਾਂ ਦੀਆਂ ਗਲਤੀਆਂ ਨਾਲ ਪੰਜਾਬ ਦੇ ਵਿੱਚ ਬਲੂ ਸਟਾਰ ਆਪਰੇਸ਼ਨ ਜਦੋਂ ਹੋਇਆ ਇਹਨਾਂ ਨੇ ਢਾਲ ਬਣਾਇਆ ਹਰਮੰਦਰ ਸਾਹਿਬ ਨੂੰ ਵਿਚਾਰਾ ਭਾਵਕ ਹੋ ਕੇ ਉਹਨੇ ਆਪਣਾ ਰਸਤਾ ਬਦਲਿਆ ਅੱਜ ਉਹਨੂੰ ਦੇਖੋ ਨਹੀਂ ਮਾਂ ਕਿੱਥੇ ਪਿਓ ਕਿੱਥੇ ਬਜ਼ੁਰਗ ਕਿੱਥੇ ਬੱਚੇ ਕਿੱਥੇ ਮੇਰੀ ਗੱਲ ਨਹੀਂ ਸਹੀ ਇਹ ਲੋਕ ਉਹਨੂੰ ਵੀ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਆ ਸਾਡੀ ਜਮੀਰ ਹੈ ਠੀਕ ਹੈ ਬੇਟਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਖੁੱਲ ਕੇ ਗੱਲਬਾਤ ਹੋਈ ਹਰ ਮੁੱਦੇ ਤੇ ਤੁਸੀਂ ਬੜੇ ਬਾਕੀ ਨਾਲ ਬੋਲੇ ਹਰ ਸਵਾਲ ਦਾ ਜਵਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਸਾਡੇ ਸਾਡੇ ਸਟੂਡੀਓਸ ਪਹੁੰਚਣ ਵਾਸਤੇ ਸੋ ਅੱਜ ਇਸ ਖਾਸ ਗੱਲਬਾਤ ਦੇ ਵਿੱਚ ਫਿਲਹਾਲ ਇਨ੍ਹਾ ਇਜਾਜ਼ਤ ਦਿਓ ਧੰਨਵਾਦ